ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰਿ ਅਨੁਰਾਗ ਏਕੰਕਾਰ ਸਤਗੁਰ ਤਿਹ ਪ੍ਰਸਾਦ ਸਚ ਹੋਏ ਵਾਹਿ ਗੁਰੂ ਦੇ ਕੀ ਫਤ ਹੈ ਬਿਗਨ ਬਿਨਾਸ਼ਨ ਸੋਏ ਏਕੰਕਾਰ ਸਤਗੁਰ ਤੇਹ ਪ੍ਰਸਾਦ ਸੱਚ ਹੋਏ ਵਾਹਿ ਗੁਰੂ ਜੀ ਕੀ ਫਤਿਹ ਬਿਗਨ ਬਿਨਾਸ਼ਨ ਸੋਏ ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ਼ ਅੰਤਰਜਾਮੀ ਸੁਖਾਂ ਦੇ ਸਾਗਰ ਵਾਹਿ ਗੁਰੂ ਅਕਾਲ ਪੁਰਖ ਜੀ ਦੇ ਸਰਗੁਣ ਸਰੂਪ ਦਸੋਂ ਗਰੀਬਾਂ ਸਿੱਖਾਂ ਸੇਵਕਾਂ ਆਪਣੇ ਪਿਆਰਿਆਂ ਦੀ ਇੱਜ਼ਤ ਪੱਤ ਰੱਖਣ ਵਾਲੇ ਦਇਆ ਕਰਨ ਵਾਲੇ ਰਹਿਮਤਾਂ ਕਰਨ ਵਾਲੇ ਬਖਸ਼ਿਸ਼ਾਂ ਕਰਨ ਵਾਲੇ ਹਾਜ਼ਰਾ ਹਜੂਰ ਜਹਰਾ ਜਹੂਰ ਸਰਬ ਕਲਾ ਪਰਪੂਰ ਤਨ ਤਨ ਅੰਤਰਜਾਮੀ ਸੱਚੇ ਪਾਤਸ਼ਾਹ ਗਰੀਬ ਨਿਵਾਜ ਸਤਿਗੁਰੂ ਜੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਤੇ ਪਾਤਸ਼ਾਹੀ ਦੀ ਪਾਵਨ ਪਵਿੱਤਰ ਹਾਜ਼ਰੀ ਵਿੱਚ ਸੁਭਾਏ ਮਾਨ ਗੁਰੂ ਜੀ ਦੀ ਪਿਆਰੀ ਸਾਜੀ ਨਵਾਜੀ ਸੰਗਤ ਦੀ ਸਤਿਗੁਰੂ ਜੀ ਨੇ ਆਪਾਂ ਸਾਰਿਆਂ ਉੱਤੇ ਕਿਰਪਾ ਕੀਤੀ ਹੈ ਆਪਣੀ ਹਾਜ਼ਰੀ ਵਿੱਚ ਬੈਠਣ ਦਾ ਮੌਕਾ ਸ਼ੁਭ ਸਮਾ ਗਰੀਬਨਵਾਜ ਸਤਿਗੁਰੂ ਜੀ ਨੇ ਸਾਨੂੰ ਤੁਹਾਨੂੰ ਸਾਰਿਆਂ ਨੂੰ ਬਖਸ਼ਿਸ਼ ਕੀਤਾ ਹੈ ਰਾਗੀ ਸਿੰਘ ਆਪ ਜੀ ਨੂੰ ਗੁਰਬਾਣੀ ਜੀ ਦਾ ਕੀਰਤਨ ਸਰਵਣ ਕਰਵਾ ਰਹੇ ਸਨ ਚੇਤ ਗੋਵਿੰਦ ਅਰਾਧੀ ਹੈ ਹੋਵੇ ਆਨੰਦ ਆਨੰਦ ਕਣਾ ਸੰਤ ਜੁ ਨਾਮਿਲ ਪਾਈਐ ਰਸਨਾ ਨਾਮ ਨਾਮ ਪਣਾ ਜਿਨ ਪਾਇਆ ਪ੍ਰਭ ਆਪਣਾ ਆਹੇ ਤਿਸਹਿ ਆਪ ਜੀ ਬੜੇ ਹੀ ਪਿਆਰ ਨਾਲ ਮਹਾਰਾਜ ਦੀ ਬਾਣੀ ਦਾ ਕੀਰਤਨ ਸੁਣ ਰਹੇ ਸੀ ਜਿਹੜਾ ਮਨੁੱਖ ਵਾਹਿਗੁਰੂ ਨੂੰ ਚੇਤੇ ਕਰਦਾ ਜੀ ਚੇਤ ਚੇਤ ਦਾ ਅਰਥ ਹੈ ਚੇਤੇ ਕਰਨਾ ਯਾਦ ਕਰਨਾ ਜਿਹੜਾ ਮਨੁੱਖ ਵਾਹਿਗੁਰੂ ਜੀ ਨੂੰ ਚੇਤੇ ਕਰਦਾ ਯਾਦ ਕਰਦਾ ਮਾਰਦ ਕਹਿੰਦੇ ਉਹਨੂੰ ਬਹੁਤ ਘਣਾ ਸੰਗਣਾ ਜਾਦਾ ਆਨੰਦ ਪ੍ਰਾਪਤ ਹੋਵੇਗਾ ਸੋ ਆਪ ਜੀ ਗੁਰਬਾਣੀ ਜੀ ਦਾ ਕੀਰਤਨ ਸਰਵਣ ਕੀਤਾ ਹੁਣ ਲੜੀਵਾਰ ਕਥਾ ਆਪਾਂ ਨੇ ਸਰਵਣ ਕਰਨੀ ਹੈ ਪਿਆਰ ਨਾਲ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅੰਤਰਜਾਮੀ ਸੱਚੇ ਪਾਤਸ਼ਾਹ ਗਰੀਬ ਨਿਵਾਜ ਸਤਿਗੁਰੂ ਜੀ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬਾਜਾਂ ਵਾਲੇ ਸਤਿਗੁਰੂ ਜੀ ਦੀ ਮਹਾਨ ਪਵਿੱਤਰ ਪਾਵਨ ਕਥਾ ਆਪ ਜੀ ਸੰਗਤਾਂ ਬੜੇ ਹੀ ਪਿਆਰ ਨਾਲ ਸਰਵਣ ਕਰ ਰਹੇ ਹੋ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਿਵਾਜ ਸਤਿਗੁਰੂ ਜੀ ਆਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਸੁਭਾਏ ਮਾਨ ਹਨ ਕਾਲਸਾ ਸਾਜਣ ਦਾ ਗੁਰੂ ਜੀ ਨੇ ਆਪਣੇ ਮਨ ਵਿੱਚ ਫੁਰਨਾ ਬਣਾਇਆ ਜੀ ਵਿਸਾਖੀ ਦਾ ਸਮਾਂ ਨੇੜੇ ਆਇਆ ਇਹ 1999 ਦੀ ਵਿਸਾਖੀ ਦੀ ਗੱਲ ਨਹੀਂ ਹੈ ਇਹ ਜਦੋਂ ਦੀ ਸਾਖੀ ਤੁਸੀਂ ਸੁਣ ਰਹੇ ਹੋ ਇਹ 1998 ਦੀ ਸਾਖੀ ਵੈਗੁਰੂ 1699 ਤੇ 1698 ਇਹ 1698 ਦੀ ਸਾਖੀ ਹੈ ਜੀ ਵਿਸਾਖੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੁਕਮਨਾਮੇ ਲਿਖੇ ਬਹੁਤ ਸੰਗਤਾਂ ਦੂਰੋਂ ਦੂਰੋਂ ਆਈਆਂ ਮਸੰਦ ਵੀ ਆਏ ਪਰ ਮਸੰਦਾਂ ਨੇ ਕੋਝ ਮਾਇਆ ਬਹੁਤੀ ਮਾਇਆ ਆਪਣੇ ਘਰ ਰੱਖ ਲਈ ਤੇ ਥੋੜੀ ਗੁਰੂ ਜੀ ਦੇ ਚਰਨਾਂ 'ਚ ਰੱਖ ਦਿੱਤੀ ਜੀ ਇਹਨੂੰ ਆਮ ਦੇਸੀ ਬੋਲੀ ਵਿੱਚ ਸੰਗਤ ਜੀ ਲਾਲਚ ਕਹਿੰਦੇ ਆ ਹੈ ਲਾਲਚ ਕੱਲਾ ਮਸੰਦਾਂ ਦੇ ਮਨ ਵਿੱਚ ਨਹੀਂ ਆਉਂਦਾ ਲਾਲਚ ਕਿਸੇ ਵੀ ਬੰਦੇ ਦੇ ਮਨ ਵਿੱਚ ਆ ਸਕਦਾ ਹੈ ਜੀ ਜਦੋਂ ਪੰਜ ਵਕਾਰਾਂ ਦੀ ਸੂਚੀ ਗੁਰਬਾਣੀ ਨੇ ਤਿਆਰ ਕੀਤੀ ਉਹਦੇ ਵਿੱਚ ਇੱਕ ਵਕਾਰ ਜਿਹੜਾ ਉਹ ਲਾਲਚ ਨੂੰ ਵੀ ਮੰਨਿਆ ਗਿਆ ਜੀ ਲੋਭ ਕਾਮ ਕ੍ਰੋਧ ਅਰ ਲੋਭ ਮੋਹ ਲੋਭ ਗੁਰਬਾਣੀ ਦੇ ਵਿੱਚ ਲੋਭ ਦੇ ਪਰਥਾਏ ਬੜਾ ਕੁਝ ਲਿਖਿਆ ਜੀ ਹੰਸ 헤ਤ ਲੋਭ ਕੋਪ ਚਾਰੇ ਨਦੀਆਂ ਅੱਗ ਲਾਲਚ ਨੂੰ ਅੱਗ ਦੀ ਨਹਿਰ ਵੀ ਲਿਖਿਆ ਬਾਣੀ ਨੇ ਜੀ ਪਵਹ ਦਜਹ ਨਾਨਕਾ ਤਰੀਐ ਕਰਮੀ ਲੱਗ ਜਿਸ ਬੰਦੇ ਦੇ ਅੰਦਰ ਅੱਗ ਦੀ ਨਹਿਰ ਚੱਲਣ ਲਈ ਹੈ ਉਹਦਾ ਭਲਾ ਕਿੱਥੋਂ ਹੋਏਗਾ ਜੀ ਲਾਲਚ ਲੋਭ ਤੇ ਮਹਾਰਾਜ ਬਾਣੀ ਵਿੱਚ ਲਿਖਦੇ ਜਿਨ੍ਹਾਂ ਦੇ ਮਨ ਵਿੱਚ ਲੋਭ ਆ ਗਿਆ ਨਾ ਜੀ ਉਹ ਰੱਬ ਨੂੰ ਭੁੱਲ ਜਾਂਦੇ ਹੈ ਲੋਭ ਵਿਚਾਰ ਜਿਨ੍ਹਾਂ ਮਨ ਲੱਗਾ ਹਰ ਵਿਸਰਿਆ ਪੁਰਖ ਪੁਰਖ ਚੰਗੇ ਰਹਾ ਜਿਨ੍ਹਾਂ ਦੇ ਅੰਦਰ ਲਾਲਚ ਆਜੇ ਉਹਨਾਂ ਨੂੰ ਰੱਬ ਭੁੱਲ ਜਾਂਦਾ ਜੀ ਸੰਗਤ ਦੀ ਇਹ ਛੋਟੀਆਂ ਗੱਲਾਂ ਨਹੀਂ ਆਗੀਆਂ ਜੀ ਗੁਰਬਾਣੀ ਦੇ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਨੇ ਸਾਨੂੰ ਸਿਖਾਇਆ ਵੀ ਅਰਦਾਸ ਕਰਿਆ ਕਰੋ ਹੇ ਵਾਹਿਗੁਰੂ ਮੈਨੂੰ ਲੋਭ ਤੋਂ ਬਚਾ ਕੇ ਰੱਖੀ ਕਾਮ, ਕ੍ਰੋਧ, ਲੋਭ, ਝੂਠ, ਨਿੰਦਾ ਇਨਤੇ ਆਪ ਛਡਾ ਬੋ ਬੋਲਿਓ ਮੇਰੇ ਮਗਰ ਕਾਮ ਕ੍ਰੋਧ ਲੋਭ ਝੂਠ ਨਿੰਦਾ ਕਾਮ ਕ੍ਰੋਧ ਲੋਭ ਝੂਠ ਨਿੰਦਾ ਆਇਆ ਨਾ ਵਿੱਚ ਲੋਭ ਲਾਲਚ ਕਾਮ ਕ੍ਰੋਧ ਲੋਭ ਝੂਠ ਨਿੰਦਾ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨਤੇ ਆਪ ਛਡਾਵੋ ਇਨਤੇ ਆਪ ਛਡਾਵੋ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨਤੇ ਆਪ ਛਡਾਵੋ ਇਹ ਭੀਤਰ ਤੇ ਇਨ ਕੋ ਡਾਰੋ ਆਪਨ ਨਿਕਟ ਬੁਲਾਵੋ ਆਪਣੀ ਵਿੱਦ ਆਪ ਜਨਾਬ ਹੋ ਹਰ ਜਨ ਮੰਗਲ ਗਾਵਹ ਹੁਣ ਜੇ ਬੰਦਾ ਲੋਭ ਤੋਂ ਆਪ ਬਚ ਸਕਦਾ ਹੋਵੇ ਤੇ ਅਰਦਾਸ ਦੀ ਲੋੜ ਹੀ ਨਹੀਂ ਹੈਗੀ ਜੀ ਜੇ ਬੰਦਾ ਲਾਲਚ ਤੋਂ ਆਪ ਬਚ ਸਕਦਾ ਹੋਵੇ ਤੇ ਅਰਦਾਸ ਦੀ ਲੋੜ ਹੀ ਨਹੀਂ ਹੈਗੀ ਕਾਮ ਤੋਂ ਆਪ ਬਚ ਸਕਦਾ ਹੋਵੇ ਤੇ ਅਰਦਾਸ ਦੀ ਲੋੜ ਹੀ ਨਹੀਂ ਹੈਗੀ ਜੀ ਬਾਣੀ ਤੇ ਤਤ ਹੈ ਨਾ ਜੀ ਤੇ ਬਾਣੀ ਵਿੱਚ ਅਰਦਾਸਾਂ ਦਸੀਆਂ ਜੀ ਕਾਮ ਕ੍ਰੋਧ ਲੋਭ ਝੂਠ ਨਿੰਦਾ ਕਾਮ ਕ੍ਰੋਧ ਲੋਭ ਝੂਠ ਨਿੰਦਾ ਮਹਾਰਾਜ ਇਹਨਾਂ ਤੋਂ ਬਚਾਇਓ ਕਿਉਂਕਿ ਬੰਦਾ ਨਹੀਂ ਬਚ ਸਕਦਾ ਜੀ ਲਾਲਚ ਮਹਾਰਜ ਬਾਣੀ ਚ ਲਿਖਦੇ ਜਿਉ ਕੂਕਰ ਹਰਕਾਇਆ ਤਾਵੇ ਦਹਿ ਦਿੱ ਸਜਾਏ ਲੋਭੀ ਜੰਤ ਥਿਰ ਨਾ ਰਹੀ ਭਖ ਅਪਖ ਸਭ ਖਾਏ ਜਿਵੇਂ ਹਲਕਿਆ ਕੁੱਤਾ ਹੁੰਦਾ ਨਾ ਜਿ ਹਲਕਿਆ ਕੁੱਤਾ ਲਾਲਚੀ ਬੰਦੇ ਨੂੰ ਗੁਰਬਾਣੀ ਕਹਿੰਦੀ ਹੈ ਇਹ ਹਲਕਿਆ ਕੁੱਤਾ ਹੈ ਮਹਾਰਾਜ ਜੀ ਬੜੇ ਸਖਤ ਸ਼ਬਦ ਵਰਤਨ ਦੇ ਹਲਕਿਆ ਕੁੱਤਾ ਮਹਾਰਾਜ ਕਹਿੰਦੇ ਹਾਂ ਹਲਕੇ ਕੁੱਤੇ ਨੂੰ ਕੁਝ ਨਹੀਂ ਪਤਾ ਲੱਗਦਾ ਲੋਭੀ ਨੂੰ ਵੀ ਨਹੀਂ ਕੁਝ ਪਤਾ ਲੱਗਦਾ ਲਾਲਚ ਇੰਨੀ ਬੁਰੀ ਬਲਾ ਹੈ ਤੇ ਇਹਦੇ ਉਲਟ ਸੰਤੋਖ ਹੈ ਸੰਤੋਖੀਆਂ ਦੀ ਵੀ ਕਥਾ ਹੈਗੀ ਹੈ ਜੀ ਰੱਬ ਦੇ ਪਿਆਰੇ ਜਿਨ੍ਹਾਂ ਨੇ ਸੰਤੋਖ ਰੱਖਿਆ ਉਹਨਾਂ ਨੂੰ ਮੇਰੇ ਵਾਹਿਗੁਰੂ ਨੇ ਕੋਈ ਘਾਟਾ ਨਹੀਂ ਰਹਿਣ ਦਿੱਤਾ ਜੀ ਕਿਸਾਨ ਗਰੀਬ ਪਰਿਵਾਰ ਦਾ ਗੁਰਮੁਖ ਪਿਆਰਾ ਪ੍ਰਮਾਤਮਾ ਦਾ ਨਾਮ ਬੜਾ ਜਪਦਾ ਸੀਗਾ ਬੜਾ ਉਹਨੇ ਨਾਮ ਜਪਣਾ ਗਰੀਬੀ ਆ ਗਈ ਸੰਤੋਖੀ ਵੀ ਬੜਾ ਸੀਗਾ ਜੀ ਸੰਤੋਖੀ ਬੜਾ ਸੀ ਛੇਤੀ ਕਿਤੇ ਛੇਤੀ ਕਿਤੇ ਕਿ ਬਹੁਤ ਜ਼ਿਆਦਾ ਵੀ ਹੋਵੇ ਨਾ ਸਾਧ ਸੰਗਤ ਜੀ ਤਾਂ ਵੀ ਉਹਨੇ ਕਿਸੇ ਨੂੰ ਮਹਿਸੂਸ ਨਹੀਂ ਸੀ ਹੋਣ ਦਿੱਤਾ ਘਰ ਵਿੱਚ ਅੰਨ ਨਹੀਂ ਹੈਗਾ ਪਕੜਨ ਦਾ ਆਪਣੀ ਘਰ ਵਾਲੀ ਨੂੰ ਕਿਹਾ ਵੀ ਚੁੱਲ੍ਹੇ ਨੂੰ ਵੈਸੇ ਹੀ ਅੱਗ ਬਾਲ ਲਾ ਧੂਆ ਉੱਡੇਗਾ ਕਿਸ ਨੂੰ ਪਤਾ ਨਾ ਲੱਗੇ ਵੀ ਇਹਨਾਂ ਦੇ ਘਰ ਵਿੱਚ ਅੰਨ ਨਹੀਂ ਹੈਗਾ ਪੱਕਣ ਵਾਸਤੇ ਤੇ ਜੇ ਪਤਾ ਨਹੀਂ ਲੱਗੇਗਾ ਤੇ ਪਰਦਾ ਬਣਿਆ ਰਹੇਗਾ ਜੇ ਪਤਾ ਲੱਗ ਗਿਆ ਲੋਕਾਂ ਅੰਨ ਦੇਣ ਆ ਜਾਣਾ ਹੈ ਲੋੜ ਪੈਣ ਤੇ ਵੀ ਮੰਗਿਆ ਨਹੀਂ ਤੁਸੀਂ ਲੋੜ ਪੈਣ ਤੇ ਵੀ ਜੀ ਸੰਤੋਖੀਆਂ ਦੀ ਬੜੀ ਬੜੀਆਂ ਸਾਖੀਆਂ ਨੇ ਜੀ ਸੰਤੋਖ ਸੰਤੋਖ ਉਹ ਗੁਣ ਹੈ ਜਿਹੜਾ ਬੰਦੇ ਨੂੰ ਰੱਬ ਦੇ ਨੇੜੇ ਸਾਥ ਸੰਗਤ ਦੀ ਲੈ ਜਾਂਦਾ ਜੀ ਸਬਰ ਸੰਤੋਖ ਹੁਣ ਇਹਨਾਂ ਦੇ ਅੰਦਰ ਲੋਭ ਆ ਗਿਆ ਮਸੰਦਾਂ ਦੇ ਸੰਗਤਾਂ ਦੀ ਮਾਇਆ ਛਕਣ ਲੱਗ ਪਏ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਸਭ ਮਸੰਦਾਂ ਦਾ ਅਗਲੇ ਦਿਨ ਸੱਦੇ ਪੁੱਛਿਆ ਵੀ ਮਾਇਆ ਕਿੱਥੇ ਹੈ ਮਾਇਆ ਥੋੜੀ ਆਈ ਹੈ ਤੇ ਜਿਹਦੇ ਅੰਦਰ ਲੋਭ ਆ ਗਿਆ ਝੂਠਾਪੇ ਆ ਜਾਣਾ ਜੀ ਲਾਲਚੀ ਬੰਦਾ ਝੂਠ ਬੋਲਦਾ ਹੀ ਐ ਹੁਣੇ ਤੁਸੀਂ ਇੱਕ ਪੰਗਤੀ ਸੁਣੀ ਲੋਭ ਦੇ ਨਾਲ ਅੱਗੇ ਝੂਠ ਲਿਖਤਾ ਮਾਰਾ ਨੇ ਕਾਮ ਕ੍ਰੋਧ ਲੋਭ ਝੂਠ ਝੂਠ ਨਿੰਦਿਆ ਜਿੱਥੇ ਕਾਮ ਹੈ ਉੱਥੇ ਕ੍ਰੋਧ ਆਏਗਾ ਜਿੱਥੇ ਕ੍ਰੋਧ ਹੈ ਉੱਥੇ ਲਾਲਚ ਆਏਗਾ ਜਿੱਥੇ ਲਾਲਚ ਆ ਗਿਆ ਝੂਠ ਬੰਦਾ ਆਪੇ ਹੀ ਬੋਲਦਾ ਹੈ ਨਿਰਾ ਝੂਠ ਹੀ ਨਹੀਂ ਫਿਰ ਦੂਜਿਆਂ ਦੀ ਨਿੰਦਿਆ ਕਰਨੀ ਵੀ ਸ਼ੁਰੂ ਕਰ ਦਿੰਦਾ ਜੀ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਮੱਤ ਦਿੱਤੀ ਅਰਦਾਸ ਕਰਨ ਦੀ ਕਿਹਾ ਉਹਨਾਂ ਝੂਠ ਬੋਲਿਆ ਤੇ ਝੂਠ ਵੀ ਇਹ ਨਹੀਂ ਪਤਾ ਵੀ ਗੁਰੂ ਕੀ ਨੇ ਕਹਿੰਦੇ ਮਹਾਰਾਜ ਅਮੀਰ ਸਿੱਖ ਸਾਰੇ ਮਰ ਗਏ ਨੇ ਗਰੀਬ ਸਿੱਖ ਰਹਿ ਗਏ ਗਰੀਬ ਮਾਇਆ ਹੀ ਨਹੀਂ ਦਿੰਦੇ ਮਹਾਰਾਜ ਕਹਿੰਦੇ ਸਾਡੀ ਮਾਇਆ ਸਾਨੂੰ ਲਿਆ ਕੇ ਦੋ ਸਾਤੇ ਉਹ ਚੇਤੋ ਮਸੰਦ ਕੋ ਗਏ ਚੇਤੋ ਮਸੰਦਾਂ ਦਾ ਉਸਤਾਦ ਸੀਗਾ ਜੀ ਚੇਤੋ ਮਸੰਦ ਆਇਆ ਚੇਤੋ ਮਸੰਦ ਮਹਾਰਾਜ ਨੂੰ ਕਹਿਣ ਲੱਗਾ ਸੱਚੇ ਪਾਤਸ਼ਾ ਇਹ ਪ੍ਰਾਣੇ ਨੇ ਸਾਰੇ ਬੜਾ ਬੜਾ ਪ੍ਰਚਾਰ ਕਰਦੇ ਐ ਇਹ ਤੁਹਾਡੇ ਅਨੁਸਾਰ ਹੀ ਨੇ ਇਹਨਾਂ ਨੂੰ ਕੁਝ ਕਿਹਾ ਨਾ ਕਰੋ ਮਹਾਰਾਜੇ ਸੱਚੇ ਪਾਤਸ਼ਾ ਕਹਿੰਦੇ ਚੇਤੋ ਤੂੰ ਵੀ ਮਸੰਦ ਹੀ ਹੈ ਕਹਿਣ ਲੱਗੇ ਵੱਡਾ ਐ ਤੇ ਨਾਲੇ ਪੁਰਾਣਾ ਤੂੰ ਕਿਹੜਾ ਹੋਣ ਦਾ ਕਹਿਣ ਲੱਗੇ ਇਹ ਮਸੰਦ ਝੂਠ ਬੋਲਦੇ ਇਹ ਕਹਿੰਦੇ ਸਾਡੇ ਸਿੱਖ ਮਰ ਗਏ ਧਨੀ ਸਿੱਖ ਮਰ ਗਏ ਮਾਰਾ ਕਹਿੰਦੇ ਜਿੰਨੇ ਅਮੀਰ ਸੀ ਸਾਰਿਆਂ ਨੇ ਇਕੱਠਿਆਂ ਮਰਨਾ ਸੀਗਾ ਝੂਠ ਬੋਲਨ ਦਾ ਇਹ ਕਹਿੰਦੇ ਇਥੋਂ ਕੁ ਤੱਕ ਆਪ ਜੀ ਨੇ ਸਾਧ ਸੰਗਤ ਦੀ ਕਥਾ ਸਰਵਣ ਕੀਤੀ ਸੀਗੀ ਅੱਗੋਂ ਹੁਣ ਆਪਾਂ ਮਹਾਰਾਜ ਜੀ ਦੀ ਕਥਾ ਜਿਹੜੀ ਹੈ ਉਹ ਬੜੇ ਪਿਆਰ ਦੇ ਨਾਲ ਸਰਵਣ ਕਰਾਂਗੇ ਚੇਤੋ ਮਸੰਦ ਮਹਾਰਾਜ ਸੱਤੇ ਪਾਤਸ਼ਾਹ ਨੂੰ ਗੱਲਾਂ ਕਰ ਰਿਹਾ ਮਹਾਰਾਜ ਜੀ ਸੁਣ ਰਹੇ ਨੇ ਹੁਣ ਅੱਗੋਂ ਕੀ ਹੋ ਰਿਹਾ ਦੋਵਾਂ ਵਿੱਚ ਬਚਨ ਬਲਾਸ ਹੋ ਰਹੇ ਨੇ ਜਿਹੜੇ ਬਾੜ ਭਾਂਡੇ ਧੋ ਰਹੇ ਆ ਉਹਨਾਂ ਨੂੰ ਬੇਨਤੀ ਵੀ ਹੁਣ ਨਾ ਕਰੋ ਕਥਾ ਸੁਣ ਲਓ ਪਿਆਰ ਨਾਲ ਬਹਿ ਕੇ ਸ਼ਾਂਤੀ ਨਾਲ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੌਪਈ ਪੂਰੀ ਕਾਰ ਨਹੀਂ ਕੋ ਦੇਤ ਸਭ ਤੇ ਅਲਪ ਜਾਏ ਹਮ ਲੇਤ ਹਜ਼ੂਰ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਇਹ ਸਾਨੂੰ ਪੂਰੀ ਮਾਇਆ ਨਹੀਂ ਭੇਟਾ ਕਰ ਰਹੀ ਜੀ ਤੁਸੀਂ ਮਹਾਰਾਜ ਦੀ ਕਥਾ ਸੁਣੀ ਨਾ ਗੁਰੂ ਜੀ ਨੇ ਤੇ ਉਹ ਬੇਰ ਦੀ ਗਟਕ ਵੀ ਜਿਹੜੀ ਸੀ ਉਹ ਵੀ ਕਿਆ ਹਿੱਲਾ ਕੇ ਰੱਖੇ ਇੱਥੇ ਚਾਤੇ ਫੱਗੋ ਵਾਲੀ ਜੇ 베ਰ ਦੀ ਗਿਟਕਦਾ ਸਾਬ ਲੈ ਸਕਦੇ ਤੇ ਮਾਇਆ ਦਾ ਕਿਉਂ ਨਹੀਂ ਲੈ ਸਕਦੇ ਦੀ ਮਾਰਾ ਕਹਿੰਦੇ ਇਹ ਪੂਰੀ ਨਹੀਂ ਦਿੰਦੇ ਸੰਗਤਾਂ ਪਾਸੋਂ ਲੈਂਦੇ ਐ ਸਾਨੂੰ ਥੋੜਾ ਦਿੰਦੇ ਹਨ ਇਹ ਦੁਰਬਾਕ ਨਾ ਭਾਵਹਿ ਮੋਹੀ ਉੱਤੋਂ ਕਹਿੰਦੇ ਆਂ ਵੀ ਸਿੱਖ ਮਰ ਗਏ ਨੇ ਸਾਰੇ ਮਾਰਾ ਕਹਿੰਦੇ ਚੇਤੋ ਉਹਨਾਂ ਨੂੰ ਕਹ ਦੇ ਸਾਨੂੰ ਇਹ ਗੱਲ ਨਹੀਂ ਚੰਗੀ ਲੱਗਦੀ ਕੋਈ ਇਹ ਕਵੇ ਵੀ ਗੁਰੂ ਦੇ ਸਿੱਖ ਮਰ ਗਏ ਨੇ ਹਾਂਜੀ ਮਮ ਸੰਗਤ ਨਿਤ ਨਵਤਨ ਹੋਈ ਸਾਡੀ ਸੰਗਤ ਤਾਂ ਨਿਤਾ ਪ੍ਰਤ ਨਵੀਂ ਹੋ ਰਹੀ ਹੈ ਨਾਲੇ ਸੰਗਤ ਨੂੰ ਮਾਇਆ ਮਿਲ ਰਹੀ ਹੈ ਸੰਗਤਾਂ ਦੇ ਕਾਰਜ ਪੂਰੇ ਹੁੰਦੇ ਨੇ ਹਾਂਜੀ ਦਿਨ ਪ੍ਰਤ ਬਹੁਤ ਢਾਡ ਹੋਏ ਜੈ ਹੈ ਜਿੰਨ ਕੀ ਸਮਤਾ ਕੋਈ ਨਾ ਪਹਿ ਹੈ ਹੋਣ ਵੀ ਸਿੱਖ ਧਨਾੜ ਨੇ ਤੇ ਮਹਾਰਾਜ ਕਹਿਣ ਲੱਗੇ ਚੇਤੋ ਗੱਲ ਸੁਣ ਲਾ ਤੇ ਸੁਣਾ ਦੇ ਸਮੇ ਨਾਲ ਸਾਡੇ ਸਿੱਖਾਂ ਨੇ ਬਹੁਤ ਧਨਾੜ ਹੋ ਜਾਣਾ ਇਹਨਾਂ ਦੀ ਬਰਾਬਰੀ ਵੀ ਨਹੀਂ ਕੋਈ ਕਰ ਸਕੇਗਾ ਸਾਧ ਸੰਗਤ ਜੀਓ ਮੇਰੇ ਖਿਆਲ ਨਾਲ ਕੈਨੇਡਾ ਵਿੱਚ ਹੈ ਜੀ ਇੱਕ ਸਿੰਘ ਮਤਲਬ ਕਿ ਜਿੰਨੇ ਉਹਦੇ ਪੱਗਾਂ ਦੇ ਰੰਗ ਨੇ ਉਨੀਆਂ ਹੀ ਗੱਡੀਆਂ ਨੇ ਤੇ ਗੱਡੀਆਂ ਦੇ ਉਹ ਉਹ ਰੰਗ ਨੇ ਜਿਹੜੀ ਪੱਗ ਬੰਨਦਾ ਉਸ ਰੰਗ ਦੀ ਗੱਡੀ ਤੇ ਬਹਿੰਦਾ ਉਹ ਸਾਰੀਆਂ ਗੱਡੀਆਂ ਨੇ ਜੇ ਨਵੇਂ ਰੰਗ ਦੀ ਪੱਗ ਲੈਂਦਾ ਤੇ ਨਵੇਂ ਰੰਗ ਦੀ ਗੱਡੀ ਵੀ ਨਾਲ ਹੀ ਲੈਂਦਾ ਜੀ ਉਹ ਜੀ ਹਾਂਜੀ ਤਰਬਨ ਸਿੱਖ ਉਹਨੂੰ ਕਹਿੰਦੇ ਜੀ ਮਹਾਰਾਜ ਕਹਿਣ ਲੱਗੇ ਸਾਡੇ ਸਿੱਖ ਤੇ ਬੜੇ ਅਮੀਰ ਹੋ ਜਾਣੇ ਆ ਹਾਂਜੀ ਹਿਰਦੈ ਲੋਭ ਬੁਲਹਿ ਦੁਰਬੈਨਾ ਅਸਲ ਵਿੱਚ ਇਹਨਾਂ ਦੇ ਮਨ ਵਿੱਚ ਲਾਲਚ ਹੈ ਤੇ ਲਾਲਚ ਕਰਕੇ ਇਹ ਮਾੜੇ ਬੋਲ ਬੋਲ ਰਹੇ ਨੇ ਸੰਗਤ ਬਿਖੇ ਧਨੀ ਅਬ ਹੈ ਨਾ ਮਾਰਾ ਕਹਿੰਦੇ ਇਹ ਕਹਿੰਦੇ ਸੰਗਤ ਵਿੱਚ ਕੋਈ ਅਮੀਰ ਹੀ ਨਹੀਂ ਹੈਗਾ ਕਿ ਢੀ ਮਾੜੀ ਗੱਲ ਹੈ ਕਹਿਣ ਲੱਗੇ ਦਰਬ ਲੋਭ ਨੇ ਮਹਾ ਦਬਾਏ ਇਹ ਮਾਇਆ ਦੇ ਲੋਭ ਨੇ ਦਬਾ ਲਏ ਹੈ ਕਹਿਣ ਲੱਗੇ ਇਹਨਾਂ ਨੂੰ ਲਾਲਚ ਆ ਗਿਆ ਤੇ ਜਿਹੜਾ ਵਕਾਰ ਹੈ ਨਾ ਜੀ ਚੰਗੇ ਚੰਗੇ ਬੰਦਿਆਂ ਨੂੰ ਵੀ ਦਬਾ ਦਿੰਦਾ ਜੀ ਉਹ ਜੀ ਮਹਾਰਾਜ ਕਹਿੰਦੇ ਇਹਨੇ ਲੋਭ ਇਹਨਾਂ ਨੂੰ ਲੋਭ ਨੇ ਦਬਾ ਦਿੱਤਾ ਜੀ ਲਾਲਚ ਨੇ ਦਬਾ ਦਿੱਤਾ ਜੀ ਹਾਂਜੀ ਕਾਰ ਗੁਰੂ ਕੀ ਥੋਰ ਲਿਆਏ ਮਹਾਰਾਜ ਕਹਿੰਦੇ ਬਾਕੀ ਮਾਇਆ ਘਰ ਰੱਖਾਏ ਐ ਇੱਥੇ ਸਾਡੇ ਕੋਲ ਥੋੜੀ ਲੈ ਕੇ ਆਏ ਨੇ ਧਨ ਪੂਜਾ ਕੋ ਬਹੁਰ ਚੁਰਾਇਓ ਤੇ ਪੂਜਾ ਦਾ ਧਨ ਇਹਨਾਂ ਨੇ ਚੁਰਾਇਆ ਸਾਧ ਸੰਗਤ ਪੂਜਾ ਦਾ ਧਨ ਬਹੁਤ ਮਾੜਾ ਹੈ ਜਿਹੜਾ ਪੂਜਾ ਦਾ ਹੈ ਨਾ ਕਿਸੇ ਦੀ ਮਨੋਤ ਹੈ ਕਿਸੇ ਦੀ ਮਨਛਾ ਹੈ ਉਹਨੂੰ ਚੁਰਾਉਣਾ ਹੋਰ ਮਾੜੀ ਗੱਲ ਹੈ ਜੀ ਹਾਂਜੀ ਮਤ ਹੱਤ ਹੋਈ ਸੋ ਇਨ ਖਾਯੋ ਇਸ ਕਰਕੇ ਪੂਜਾ ਦਾ ਧੰਨ ਖਾ ਖਾ ਕੇ ਇਹਨਾਂ ਦੀ ਮਤ ਖਰਾਬ ਹੋ ਗਈ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਵੀ ਪੂਜਾ ਦਾ ਧੰਨ ਜਿੰਨਾ ਬੰਦਾ ਖਾਏਗਾ ਓਨੀ ਉਹਦੀ ਮਤ ਖਰਾਬ ਹੁੰਦੀ ਜਾਏਗੀ ਹਾਂਜੀ ਇੱਕ ਤਾਂ ਦੋਸ਼ ਚੁਰਾ ਮਨ ਕੇ ਰੋ ਮਹਾਰਾਜ ਕਹਿੰਦੇ ਇੱਕ ਤਾਂ ਦੋਸ਼ ਹੈ ਇਹ ਮਾਇਆ ਚੋਰੀ ਕਰਨ ਦਾ ਇਹ ਮਾਇਆ ਚੋਰੀ ਕਰਦੇ ਵੇਖੋ ਬੰਦਾ ਸੋਚਦਾ ਗੁਰੂ ਨੂੰ ਕੁਝ ਪਤਾ ਨਹੀਂ ਲੱਗਦਾ ਸਤਿਗੁਰੂ ਜੀ ਨੂੰ ਸਾਰਾ ਹੀ ਪਤਾ ਲੱਗਦਾ ਇਹ ਗੱਲ ਵੱਖਰੀ ਹੈ ਮਹਾਰਾਜ ਪਰਦੇ ਪਾ ਦਿੰਦੇ ਨੇ ਜੀ ਹਾਂਜੀ ਦੂਤੀਏ ਕਰਿਓ ਤਰਾਸ ਨਹਿ ਮੇਰੋ ਮਹਾਰਾਜ ਕਹਿੰਦੇ ਚਲੋ ਠੀਕ ਹੈ ਮਾਇਆ ਚੋਰੀ ਕਰਦੇ ਆ ਪਰ ਦੂਜਾ ਡਰਦੇ ਹੀ ਨਹੀਂ ਸਾਡੇ ਤੋਂ ਕਹਿਣ ਲੱਗੇ ਉਲਟ ਗੱਲਾਂ ਕਰਦੇ ਨੇ ਹਾਂਜੀ ਕੂਰ ਬਾਰਤਾ ਕਰਹਿ ਸੁਨਾਵਹਿ ਹਾਂਜੀ ਜਾਂ ਤੇ ਲਖੀਅਤ ਇਨਕੇ ਭਾਵਨਾ ਤੇ ਝੂਠੀ ਗੱਲ ਬਣਾ ਕੇ ਦੱਸਦੇ ਐ ਲੋਭ ਵੀ ਐ ਨੇ ਡਰ ਨੇ ਝੂਠ ਬੋਲਦੇ ਐ ਇਥੋਂ ਇੱਕ ਗੱਲ ਮਹਾਰਾਜ ਕਹਿੰਦੇ ਸਿੱਧ ਹੁੰਦੀ ਐ ਇਨਾਂ ਦੇ ਮਨ ਵਿੱਚ ਭਾਵਨਾ ਨਹੀਂ ਹੈਗੀ ਆਖੋ ਸ੍ਰੀ ਵਾਹਿਗੁਰੂ ਸਾਧ ਸੰਗਤ ਜੀ ਮਹਾਰਾਜ ਜੀ ਦਾ ਬਚਨ ਹੈ ਭਾਵਨਾ ਬਹੀਨ ਕੈਸੇ ਪਾਵੈ ਜਗ ਦੀ ਸ਼ਕੋ ਜਿਹਦੇ ਅੰਦਰ ਭਾਵਨਾ ਨਹੀਂ ਹੈਗੀ ਉਹ ਰੱਬ ਨੂੰ ਕਿਵੇਂ ਪਾਏਗਾ ਜੀ ਭਾਵਨਾ ਹੋਣੀ ਬੜੀ ਜ਼ਰੂਰੀ ਹੈ ਭਾਵਨਾ ਮਹਾਰਾਜ ਕਹਿੰਦੇ ਇਹਨਾਂ ਦੇ ਅੰਦਰ ਹੈਗੀ ਨਹੀਂ ਹੈ ਹਾਂਜੀ ਪੁੰਨ ਚੇਤੋ ਸਮਝਾਵਨ ਕਰੈ ਫਿਰ ਜੇ ਤੋਂ ਮਹਾਰਾਜ ਨੂੰ ਫੇਰ ਕਹਿਣ ਲੱਗਾ ਜੀ ਹਾਂਜੀ ਸਭ ਮਸੰਦ ਰਾਵਰ ਅਨੁਸਾਰ ਕਹਿੰਦਾ ਨਾ ਨਾ ਮਹਾਰਾਜ ਮਸੰਦ ਤੇ ਤੁਹਾਡੇ ਕਹਿਣੇ ਵਿੱਚ ਹੈ ਤੁਹਾਨੂੰ ਹੀ ਲੱਗਦਾ ਮਹਾਰਾਜ ਇਹ ਤੇ ਤੁਹਾਡਾ ਕਹਿਣਾ ਮੰਨਦੇ ਨੇ ਹਾਂਜੀ ਇਨ ਕੋ ਦੇਹੋ ਅਬੈ ਵਡਿਆਈ ਮਹਾਰਾਜ ਹੁਣ ਤੁਸੀਂ ਵਡਿਆਈ ਦਿਓ ਇਹਨਾਂ ਨੂੰ ਇਹਨਾਂ ਨੂੰ ਮਰਾਤਬੇ ਦਿਓ ਮਹਾਰਾਜ ਵੇਖੋ ਬੜੀ ਬੜੀ ਦੂਰੋਂ ਆਏ ਨੇ ਜੋ ਸੰਗਤ ਮਾਨਹਿ ਸਮੁਦਾਈ ਨਾਲੇ ਮਹਾਰਾਜ ਸੰਗਤ ਇਹਨਾਂ ਦੇ ਕਹਨੇ ਵਿੱਚ ਹੈ ਵੇਖੋ ਜੋ ਮਰਜ਼ੀ ਹੋਵੇ ਜਿੰਨੂੰ ਮਰਜ਼ੀ ਜਿੰਨੀ ਮਰਜ਼ੀ ਸੰਗਤ ਮਾਨਦੀ ਹੋਵੇ ਜਿੱਥੇ ਗੁਰੂ ਸਾਹਿਬ ਜੀ ਦੀ ਮਾਨ ਮਰਿਆਦਾ ਦੀ ਗੱਲ ਹੈ ਉੱਥੇ ਮਹਾਰਾਜ ਕੁਝ ਨਹੀਂ ਵੇਖਦੇ ਜੀ ਹਾਂਜੀ ਬਹਰ ਦਰਬ ਕੋ ਲਿਆਏ ਹਨੇਰਾ ਮਹਾਰਾਜ ਹੁਣ ਇਹਨਾਂ ਨੂੰ ਖੁਸ਼ੀ ਖੁਸ਼ੀ ਤੋਰੋ ਫਿਰ ਮਾਇਆ ਲੈ ਕੇ ਆਉਣਗੇ ਜਾਦੀ ਖਰਚ ਸੰਭਾਰੇ ਹਨ ਗੁਰਗ੍ਰਹਿ ਕੇਰਾ ਤੇ ਮਾਰਾ ਗੁਰੂ ਘਰ ਦਾ ਖਰਚਾ ਕਿਵੇਂ ਚੱਲਣਾ ਇਹਨਾਂ ਦੇ ਕਰਕੇ ਚੱਲਦਾ ਵੇਖੋ ਇਹ ਵੀ ਬੰਦੇ ਦੀ ਭੁੱਲ ਹੈ ਨਾ ਵੀ ਮੇਰੇ ਕਰਕੇ ਗੁਰੂ ਦੇ ਘਰ ਦਾ ਖਰਚਾ ਚੱਲਦਾ ਨਹੀਂ ਆ ਗੁਰਮਖੋ ਗੁਰੂ ਬੜਾ ਵੱਡਾ ਜੀ ਹਾਂਜੀ ਨਹੀਂ ਨਰਾਦਰ ਤਰਾਸ ਦਿਖਾਵੋ ਨਹੀਂ ਅਨਾਦਰ ਤਰਾਸ ਦਿਖਾਵੋ ਮਹਾਰਾਜ ਇਹਨਾਂ ਦਾ ਅਦਾਦਰ ਨਾ ਕਰੋ ਇਹਨਾਂ ਨੂੰ ਡਰਾਵੋ ਨਾ ਸੱਚੇ ਪਾਤਸ਼ਾ ਗੁਰਦਿਆਲ ਹੋਵੇ ਏਵ ਲਖਾਵੋ ਮਹਾਰਾਜੇ ਇਹਨਾਂ ਨੂੰ ਇਉਂ ਲੱਗੇ ਵੀ ਗੁਰੂ ਸਾਡੇ ਤੇ ਦਿਆਲੂ ਹੈ ਹਾਂਜੀ ਕਹਿਓ ਗੁਰੂ ਹਮਨੇ ਸਭ ਜਾਣੀ ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਇਹ ਚੇਤੋਂ ਮਸੰਦ ਨੇ ਦੂਜੀ ਵਾਰੀ ਮਹਾਰਾਜ ਦਾ ਬਚਨ ਕਟਿਆ ਜੀ ਸਤ ਵਚਨ ਨਹੀਂ ਕੀਤਾ ਜਦੋਂ ਇਹਨੇ ਦੂਜੀ ਵਾਰੀ ਬਚਨ ਕਟਿਆ ਨਾ ਮਹਾਰਾਜ ਬਾਜਾਂ ਵਾਲੇ ਸਤਿਗੁਰੂ ਜੀ ਕਹਿਣ ਲੱਗੇ ਜਿਮ ਪੱਖੀ ਹੋਵੇ ਗਿਰਾ ਬਖਾਨੀ ਮਹਾਰਾਜ ਕਹਿੰਦੇ ਚੇਤੋ ਅਸੀਂ ਜਾਣ ਗਏ ਆ ਤੂੰ ਇਹਨਾਂ ਮਸੰਦਾਂ ਦਾ ਪੱਖ ਲੈ ਲੈ ਇਹਨਾਂ ਦੇ ਸਾਈਡ ਲੈ ਲੈ ਚੇਤਾ ਸਾਈਡ ਲਵੋ ਸਹੀ ਦੀ ਲਵੋ ਗਲਤ ਦਾ ਪੱਖ ਲਿਆ ਹਮੇਸ਼ਾ ਬੰਦੇ ਨੂੰ ਕਿਸੇ ਨਾ ਕਿਸੇ ਦਿਨ ਸ਼ਰਮਿੰਦਗੀ ਦਾ ਸਾਹਮਣਾ ਕਰਾਉਂਦਾ ਹੈ ਮਾਰਾ ਕਹਿੰਦੇ ਤੂੰ ਇਹਨਾਂ ਦਾ ਪੱਖ ਲੈ ਰਿਆ ਹਾਂਜੀ ਦੋਨੋਂ ਦੋਸ਼ ਤੋਹੇ ਮੈਂ ਭਾਰੀ ਦੋਵੇਂ ਦੋਸ਼ ਨੇ ਕਹਿਣ ਲੱਗੇ ਉਹ ਵੀ ਦੋਸ਼ੀ ਐ ਤੂੰ ਵੀ ਦੋਸ਼ੀ ਐ ਗਲਤ ਦੀ ਸਾਈਡ ਲੈਣ ਵਾਲਾ ਵੀ ਗਲਤੀ ਹੁੰਦਾ ਨਾ ਸਾਥ ਸੰਗਤ ਜੀ ਹਾਂ ਜੀ ਤਿੰਨ ਕੇ ਸਮ ਤੇਰੀ ਮਤ ਮਾਰੀ ਤੇ ਮਹਾਰਾਜ ਨੇ ਲਿਹਾਜ਼ ਨਹੀਂ ਰੱਖਿਆ ਵੀ ਉਹ ਪ੍ਰਾਣਾ ਹੈ ਉਹ ਵੱਡਾ ਤੇ ਉਹਨੂੰ ਕਹਿਣਾ ਕੁਝ ਨਹੀਂ ਹੈ ਮਾਰਾ ਕਹਿੰਦੇ ਚੇਤੋ ਜਿਵੇਂ ਬਾਕੀਆਂ ਦੀ ਮਤ ਮਰ ਗਈ ਓਵੇਂ ਤੇਰੀ ਵੀ ਮਰ ਗਈ ਹੈ ਲਿਹਾਜ਼ ਨਹੀਂ ਕੀਤਾ ਜੀ ਵੀ ਜਿਹੜਾ ਬਚਨ ਕਹਿਣਾ ਹੈ ਉਹ ਕਹਿਣਾ ਹੈ ਹਾਂ ਜੀ ਕਾਰ ਚੁਰਾਵਨ ਬੋਲਨ ਕੂਰ ਕਾਰ ਭੇਟਾ ਚੋਰੀ ਵੀ ਕਰਦੇ ਤੇ ਤੇ ਝੂਠ ਵੀ ਬੋਲਦੇ ਆ ਸਾਥ ਸੰਗਤ ਝੂਠ ਤੇ ਸੱਚ ਵਿੱਚ ਫਰਕ ਹੈ ਝੂਠ ਕਿਸੇ ਦੇ ਭਲੇ ਵਾਸਤੇ ਬੋਲਿਆ ਵੀ ਚੰਗਾ ਹੋ ਜਾਂਦਾ ਪਰ ਗੁਰਮਖੋ ਨਿੱਕੀ ਨਿੱਕੀ ਗੱਲ ਤੇ ਬੋਲਿਆ ਹੋਇਆ ਝੂਠ ਬੰਦੇ ਨੂੰ ਰੱਬ ਤੋਂ ਦੂਰ ਲੈ ਕੇ ਜਾਂਦਾ ਹੈ ਹਾਂਜੀ ਨਿਰਭੈ ਹੋਏ ਕਰ ਕਹਿਨ ਹਦੂਰ ਮਹਾਰਾਜ ਕਹਿੰਦੇ ਕਿਵੇਂ ਨਿਰਭੈ ਹੋ ਕੇ ਤੂੰ ਵੀ ਗੁਰੂ ਕੋਲ ਸਾਡੇ ਕੋਲ ਆ ਕੇ ਬੋਲ ਰਿਆ ਸੁਨਤ ਦੁਖਿਓ ਚੇਤਾ ਚਿਤ ਮਾਹੀ ਚੇਤੋਂ ਨੂੰ ਬੜਾ ਦੁੱਖ ਹੋਇਆ ਵੀ ਮਹਾਰਾਜ ਨੇ ਤੇ ਮੇਰਾ ਵੀ ਲਿਆਜ ਨਹੀਂ ਰੱਖਿਆ ਮੇਰੀ ਵੀ ਲਾਹ ਪਾ ਕਰ ਦਿੱਤੀ ਹੈ ਹਾਂਜੀ ਸਵਾਮੀ ਮਹ ਨਿਸ਼ਚਾ ਉਰ ਨਹੀਂ ਪਰ ਸਾਧ ਸੰਗਤ ਜੀ ਜੇ ਤੋ ਮਸੰਦ ਦੇ ਮਨ ਵਿੱਚ ਸਤਿਗੁਰੂ ਜੀ ਦੇ ਪਰਥਾਏ ਪੂਰਾ ਪ੍ਰੋਸਾਨੀ ਹੈਗਾ ਜੀ ਪਛਾਣ ਨਹੀਂ ਸਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਸੱਤਖੰਡ ਪਿਆਨਾ ਕਰਗੇ ਸੀਗੇ ਜੀ ਵੇ ਬਾਲਾ ਰਾਓ ਤੇ ਰੁਸਤਮ ਰਾਓ ਦੋ ਰਾਜੇ ਸੀਗੇ ਜੀ ਉਹਨਾਂ ਨੂੰ ਤਾਨੇ ਸ਼ਾਹ ਨੇ ਕੈਦ ਚ ਰੱਖਿਆ ਸੀ ਤੇ ਉਥੇ ਕੈਦ ਦੇ ਵਿੱਚ ਜਿਹੜਾ ਸਿਪਾਈ ਸੀਗਾ ਉਹ ਸੁਖਮਨੀ ਸਾਹਿਬ ਦਾ ਪਾਠ ਕਰਦਾ ਸੀ ਤੇ ਗੁਰੂ ਘਰ ਦਾ ਸਿੱਖ ਸੀਗਾ ਜੀ ਇਹਨਾਂ ਨੇ ਬਾਣੀ ਸੁਣਨੀ ਹੈ ਕਹਿੰਦੇ ਕੀ ਕੀ ਪੜਦਾ ਹੁੰਦਾ ਉਹ ਕਹਿੰਦਾ ਗੁਰੂ ਦੀ ਬਾਣੀ ਪੜਦਾ ਸਤਗੁਰ ਸਿੱਕੇ ਬੰਧਨ ਕਾਟੇ ਉਹ ਕਹਿੰਦੇ ਵੀ ਗੁਰੂ ਸਾਡੇ ਵੀ ਬੰਧਨ ਕੱਟ ਦੇਗਾ ਕਹਿੰਦੇ ਹਾਂ ਜ਼ਰੂਰ ਕੱਟੂ ਤੁਸੀਂ ਭਰੋਸਾ ਕਰੋ ਗੁਰੂ ਤੁਹਾਡੇ ਬੰਧਨ ਜ਼ਰੂਰ ਕੱਟੇਗਾ ਉਹ ਮਹਾਰਾਜ ਨੂੰ ਯਾਦ ਕਰਨ ਲੱਗੇ ਉਹਨਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਕਦੀ ਵੇਖਿਆ ਵੀ ਨਹੀਂ ਸੀ ਕਦੀ ਦਰਸ਼ਨ ਨਹੀਂ ਕੀਤੇ ਜਦੋਂ ਹਜੂਰ ਸਾਹਿਬ ਜਾਈਏ ਤੇ ਜਿਹੜਾ ਮਨਮਾੜ ਹੁੰਦਾ ਹੈ ਉੱਥੋਂ ਦੀ ਸਾਖੀ ਚ ਕਦੀ ਦਰਸ਼ਨ ਨਹੀਂ ਕੀਤੇ ਕੈਦ ਦੇ ਵਿੱਚ ਨੇ ਦੋਵੇਂ ਹੱਥਾਂ ਪੈਰਾਂ 'ਚ ਬੇੜੀਆਂ ਨੇ ਤੇ ਮਹਾਰਾਜ ਨੂੰ ਯਾਦ ਕਰਨ ਦੇ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ ਤੇ ਕੈਦ ਦੇ ਵਿੱਚ ਘੋੜੇ ਤੇ ਬੈਠਿਆਂ ਬੈਠਿਆਂ ਸੱਚੇ ਪਾਤਸ਼ਾਹ ਜੀ ਪ੍ਰਗਟ ਹੋ ਗਏ ਜੀ ਉਹ ਕਹਿੰਦੇ ਤੁਸੀਂ ਕੌਣ ਹੋ ਮਹਾਰਾਜ ਕਹਿੰਦੇ ਜਿਸ ਗੁਰੂ ਗੋਬਿੰਦ ਸਿੰਘ ਨੂੰ ਯਾਦ ਕਰਦੇ ਹੋ ਮੈਂ ਗੁਰੂ ਗੋਬਿੰਦ ਸਿੰਘ ਹੀ ਹਾਂ ਮੇਰ ਦੀ ਦ੍ਰਿਸ਼ਟੀ ਪਾਈ ਬੇੜੀਆਂ ਕੱਟੀਆਂ ਗਈਆਂ ਜੀ ਮਾਰਾ ਕਹਿੰਦੇ ਘੋੜੇ ਦੀਆਂ ਬਾਗਾਂ ਫੜ ਲਓ ਬਾਗਾਂ ਫੜ ਲੀਆਂ ਬਲਿਹਾਰ ਜਾਹੋ ਗੁਰੂ ਗੋਬਿੰਦ ਸਿੰਘ ਜੀ ਤੋਂ ਜਿਹਦਾ ਘੋੜਾ ਵੀ ਉੱਡਦਾ ਹੈ ਮਾਰਾ ਦਾ ਘੋੜਾ ਉੱਡਿਆ ਸਮੇਤ ਉਹਨਾਂ ਦੇ ਜਿੱਥੇ ਮਨਮਾੜ ਗੁਪਤ ਸਰ ਗੁਰਦੁਆਰਾ ਉੱਥੇ ਲੈ ਜਾਂਦਾ ਜੀ ਉਦੋਂ ਮਾਰਾ ਸ਼ਰੀਰ त्याग ਚੁੱਕੇ ਸੀ ਪਰ ਫਿਰ ਪ੍ਰਗਟ ਹੋਏ ਜੀ ਗੱਲ ਤੇ ਭਾਵਨਾ ਦੀ ਹੈ ਚੇਤੋ ਦੇ ਮਨ ਵਿੱਚ ਗੁਰੂ ਸਾਹਿਬ ਦੇ ਪਰਥਾਏ ਭਾਵਨਾ ਨਹੀਂ ਸੀ ਆਗੀ ਹਾਂਜੀ ਬਾਲ ਬੈਸ ਕੀ ਬੁੱਧ ਨਾ ਧਰੀਐ ਮਹਾਰਾਜ ਨੂੰ ਕਹਿਣ ਲੱਗਾ ਮਹਾਰਾਜ ਤੁਸੀਂ ਅਜੇ ਜਵਾਨ ਹੋ ਬਾਲਪਨ ਵਾਲੀ ਬੁੱਧੀ ਮਹਾਰਾਜ ਛੱਡ ਦਿਓ ਹਣਾ ਹਾਂਜੀ ਹਮ ਸਮ ਕੋ ਇਮ ਨਹੀਂ ਉਚਰੀਐ ਮਹਾਰਾਜ ਸਾਡੇ ਵਰਗਿਆਂ ਨੂੰ ਕਿਤੇ ਐਵੇਂ ਨਾ ਸਮਝਿਓ ਮਸੰਦਾ ਨੂੰ ਵੀ ਅਸੀਂ ਐਵੇਂ ਹੀ ਹਾਂ ਕਿਤੇ ਸ਼੍ਰੀ ਗੁਰੂ ਰਾਮਦਾਸ ਤੇ ਆਦ ਇੱਕ ਗੁਰੂ ਰਾਮਦਾਸ ਜੀ ਤੋਂ ਮਰਿਆਦਾ ਚੱਲੀ ਆ ਰਹੀ ਹੈ ਹਾਂਜੀ ਰਹਿ ਮਸੰਦ ਕਰਤ ਮਰਜਾਦ ਸਾਰਾ ਕੁਝ ਮਸੰਦ ਕਰਦੇ ਰਹੇ ਹੈ ਗੁਰੂ ਰਾਮਦਾਸ ਜੀ ਨੇ ਮਸੰਦ ਤੋਰੇ ਸੀ ਨਾ ਜੀ ਹਾਂਜੀ ਮਨ ਭਾਵਤ ਲਿਆਵਤ ਅਰ ਖਰਚ ਹੈ ਅਸੀਂ ਸੰਗਤਾਂ ਫਿਰ ਗੱਲ ਕਹਿ ਦਿੱਤੀ ਜੀ ਉਹਨੇ ਅਸੀਂ ਸੰਗਤਾਂ ਤੋਂ ਮਾਇਆ ਲੈਨੇ ਆ ਮਨ ਪਾਉਂਦੀ ਖਰਚਦੇ ਆ ਹਾਂਜੀ ਸੰਗਤ ਸਗਰੀ ਤਿੰਨ ਕੋ ਅਰਚ ਹੈ ਸੰਗਤਾਂ ਸਾਨੂੰ ਮਾਇਆ ਭੇਟ ਕਰਦੀਆਂ ਨੇ ਮਹਾਰਾਜ ਹਾਂਜੀ ਅਬ ਲਾਉ ਨਹੀਂ ਆਪਨੇ ਜਾਨੀ ਮਹਾਰਾਜ ਤੁਸੀਂ ਗੁਰੂੋਂ ਅਜੇ ਵੀ ਨਹੀਂ ਤੁਹਾਨੂੰ ਪਤਾ ਲੱਗਾ ਹਾਂਜੀ ਤਰਹੈ ਧੀਰ ਸਭ ਲਿਹੋ ਪਛਾਨੀ ਤੇ ਸਾਧ ਸੰਗਤ ਜੀ ਕਹਿੰਦਾ ਵੀ ਇਹ ਗੱਲ ਪੱਕੀ ਰੱਖੋ ਮਸੰਦਾਂ ਤੋਂ ਬਗੈਰ ਕੰਮ ਨਹੀਂ ਚੱਲਣਾ ਹਾਂਜੀ ਕਾਕਾ ਚੌਂਕੜੀ ਮਾਰੋ ਨੋਕਾ ਸੁਣ ਸਤਿਗੁਰ ਨੇ ਨਿਸ਼ਚੇ ਕਰੇ ਧੰਨ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਜੀ ਨੇ ਨਿਸ਼ਟਾ ਕੀਤਾ ਧੰਨ ਤੇ ਅੰਧ ਮਹਾ ਮਦ ਭਰੇ ਆਪਣੇ ਮਨ ਚ ਪੱਕਾ ਕਰ ਲਿਆ ਵੀ ਇਹਨਾਂ ਨੂੰ ਮਾਇਆ ਦਾ ਲੋਭ ਹੈ ਤੇ ਮਾਇਆ ਨੇ ਇਹਨਾਂ ਨੂੰ ਅੰਨਿਆ ਕਰ ਦਿੱਤਾ ਹੈ ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣਾਈ ਕਰੋ ਬਹਰੋਲ ਕਚੋਲਾ ਉਹਨੂੰ ਸ਼ਬਦ ਸੁਣਦਾ ਹੀ ਨਹੀਂ ਬਾਣੀ ਸੁਣਦੀ ਨਹੀਂ ਉਹਨੂੰ ਹਾਂਜੀ ਸਰਬ ਗੁਰਨ ਕੇ ਅੱਗੇ ਇਹੀ ਹਾਂਜੀ ਦਰਬ ਚੁਰਾਵਤ ਸਦਾ ਰਹੇ ਹੀ ਵੀ ਇਹ ਪਹਿਲਾਂ ਵੀ ਵੱਡੇ ਗੁਰੂਆਂ ਦੇ ਸਮੇਂ ਵੀ ਮਾਇਆ ਚੋਰੀ ਕਰਦੇ ਰਹੇ ਹਨ ਉਹਨਾਂ ਕਿਹਾ ਨਹੀਂ ਕੁਛ ਪਰ ਕਰਦੇ ਰਹੇ ਸੀਗੇ ਹਾਂਜੀ ਮੁਝ ਕੋ ਬਾਲਕ ਬੁੱਧ ਪਛਾਨਤ ਮਹਾਰਾਜ ਮਨ ਵਿਚਾਰ ਕਰਦੇ ਵੀ ਹੁਣ ਸਾਨੂੰ ਬੱਚਾ ਸਮਝਦੇ ਐ ਵੀ ਇਹ ਤੇ ਬੱਚਾ ਹੈਗਾ ਹਾਂਜੀ ਸਤਗੁਰ ਭੇਦ ਨਹੀਂ ਮਨ ਮੰਨਤ ਇਹ ਨਹੀਂ ਜਾਣਦੇ ਵੀ ਵਿੱਚ ਜੋਤ ਕਿਹੜੀ ਹੈ ਗੁਰੂ ਦਾ ਭੇਦ ਨਹੀਂ ਇਹ ਜਾਣਦੇ ਮਸੰਦ ਉਚਿਤ ਸਜ਼ਾਏ ਮਹਾ ਅਪਰਾਧੀ ਮਹਾਰਾਜ ਨੇ ਫੁਰਨਾ ਬਣਾਇਆ ਵੀ ਇਹ ਹੁਣ ਸਜ਼ਾ ਦੇ ਯੋਗ ਨੇ ਏ ਅਪਰਾਧੀ ਹਨ ਸ਼ਰਧਾ ਕੀ ਨਾ ਸਾਧਨਾ ਸਾਧੀ ਇਹਨਾਂ ਨੇ ਸ਼ਰਧਾ ਦੀ ਸਾਧਨਾ ਨਹੀਂ ਸਾਧੀ ਪਿਆਰ ਦੀ ਸਾਧਨਾ ਨਹੀਂ ਸਾਧੀ ਸ਼ਰਧਾ ਆਉਂਦੀ ਸੇਵਾ ਕਰਕੇ ਹੱਥੀਂ ਸੇਵਾ ਕਰਕੇ ਹਾਂਜੀ ਏਮ ਵਿਚਾਰ ਕਰ ਤੂਸ਼ਨ ਧਾਰੀ ਮਰ ਨੇ ਮਨ ਵਿੱਚ ਵਿਚਾਰ ਕੀਤੀ ਕਿਹਾ ਨਹੀਂ ਕੁਝ ਚੇਤੋਂ ਨੂੰ ਅਪਰ ਪ੍ਰਸੰਗਨ ਬਾਤ ਉਚਾਰੀ ਹੋਰ ਪ੍ਰਸੰਗਾਂ ਦਾ ਬਚਨ ਬਲਾਸ ਹੋਣ ਲੱਗ ਪਿਆ ਜੀ ਚਹਤ ਬਿਨਾਸ਼ਨ ਮੂਡਗਮਾਨੀ ਮਹਾਂ ਲੋਭ ਤੇ ਜਿਨ ਮਤ ਹਾਨੀ ਤੇ ਮਹਾਰਾਜ ਨੇ ਫੁਰਨਾ ਬਣਾਇਆ ਵੀ ਹੁਣ ਸੰਗਤ ਨੂੰ ਇਨਾ ਮਸੰਦਾਂ ਤੋਂ ਆਜ਼ਾਦ ਕਰ ਦਈਏ ਇਹ ਅਭਿਮਾਨੀ ਹੋ ਗਏ ਐ ਹੰਕਾਰੀ ਹੋ ਗਏ ਐ ਦੋਹਰਾ ਦੋਹਰਾ ਚੌਂ ਦਿਸ਼ ਸੰਗਤ ਦੁਖੀ ਲਖ ਕੂਰ ਮਸੰਦ ਬਿਲੰਦ ਚੌਂ ਦਿਸ਼ ਸੰਗਤ ਦੁਖੀ ਲਖ ਕੂਰ ਮਸੰਦ ਬਿਲੰਦ ਮਸੰਦ ਕਿਉਂਕਿ ਲੋਭੀ ਬੰਦਾ ਝੂਠ ਵੀ ਬੋਲਦਾ ਝੂਠੇ ਮਸੰਦਾਂ ਤੋਂ ਸੰਗਤ ਜਿਹੜੀ ਸੀ ਉਹ ਚਾਰੇ ਪਾਸਿਓਂ ਦੁਖੀ ਹੋਣ ਲੱਗ ਪਈ ਜੀ ਹਾਂਜੀ ਸ਼ਰਧਾ ਰਹਿਬੇ ਦੇਤ ਨਹਿ ਲੈ ਧਨ ਤਾੜਤ ਮੰਦ ਧੱਕੇ ਨਾਲ ਮਾਇਆ ਮੰਗ ਕੇ ਲੈਂਦੇ ਸੀਗੇ ਜੀ ਸੰਗਤ ਦੀ ਸ਼ਰਧਾ ਨਹੀਂ ਸੀ ਰਹਿਣ ਦਿੱਤੀ ਜੀ ਸ਼ਰਧਾ ਟੁੱਟਦੀ ਜੀ ਕਿਸੇ ਨੇ 50000 ਦੇਣਾ ਉਹਨੂੰ ਕਹੋ ਨਹੀਂ ਤੂੰ 50 ਲੱਖ ਤੇ ਐਨੀ ਮਾਇਆ ਮੰਗ ਲੈਣੀ ਅਗਲੇ ਦੀ ਤਸ਼ਰਦਾ ਟੁੱਟਣੀ ਐ ਨਾ ਜੀ ਹਾਂਜੀ ਚੌਪਈ ਅਨੇਕ ਪ੍ਰਕਾਰਨ ਕੇ ਸਿੱਖ ਮੇਰੇ ਸਤਿਗੁਰੂ ਜੀ ਮਨ ਵਿੱਚ ਵਿਚਾਰ ਕਰਦੇ ਵੀ ਅਨੇਕ ਪ੍ਰਕਾਰਨ ਕੇ ਸਿੱਖ ਮੇਰੇ ਵੀ ਸਾਡੇ ਸਿੱਖ ਕਈ ਤਰ੍ਹਾਂ ਦੇ ਹਨ ਘਾਟ ਬਾੜ ਕੋ ਉੱਚ ਉਚੇਰੇ ਜਿਨ੍ਹਾਂ ਨੇ ਨੀਚ ਉਚੇਰੇ ਕੋਜ ਘਟ ਮਾਇਆ ਕਮਾਉਣ ਵਾਲੇ ਐ ਕੋਈ ਵੱਧ ਮਾਇਆ ਕਮਾਉਣ ਵਾਲੇ ਐ ਹਾਂ ਜੇ ਚਿਤ ਨਿਰਧਨ ਕੋਤਨਵਾਨ ਕਈ ਤੇ ਬਿਲਕੁਲ ਹੀ ਗਰੀਬ ਨੇ ਕਈ ਬੜੇ ਅਮੀਰ ਨੇ ਹਾਂਜੀ ਕੋ ਪ੍ਰੇਮੀ ਕੋ ਨੇਮੀ ਮਾਨ ਕਈ ਪ੍ਰੇਮੀ ਸੇਖ ਨੇ ਤੇ ਕਈ ਨੇਮੀ ਨੇ ਹੁਣ ਵੀ ਇਦਾਂ ਹੀ ਹੁੰਦਾ ਜੀ ਆਖੋ ਵਾਹਿਗੁਰੂ ਵਾਹਿਗੁਰੂ ਕਈ ਪ੍ਰੇਮੀ ਨੇ ਕਈ ਨੇਮੀ ਨੇ ਕਈ ਅਮੀਰ ਨੇ ਕਈ ਗਰੀਬ ਨੇ ਇਸੇ ਕਰਕੇ ਤੇ ਮਾਰਾ ਨੇ ਜਦੋਂ ਅਮਰਤ ਸ਼ਿਕਾਇਆ ਤੇ ਸਰਬ ਲੋਹੇ ਦਾ ਕੜਾ ਦਿੱਤਾ ਜੀ ਵੀ ਦੇ ਬਹੁਤਾ ਅਮੀਰ ਹੋਵੇ ਉਹ ਸੋਨੇ ਦਾ ਪਾਵੇ ਉਹ ਤੇ ਗਰੀਬ ਕਿਹੜਾ ਪਾਏਗਾ ਜੀ ਮਾਰਾ ਨੇ ਇੱਕ ਬਰਾਬਰ ਕੀਤਾ ਵੀ ਸਰਬ ਲੋਹੇ ਦਾ ਪਾਵੇ ਸਾਰੇ ਮਹਾਰਾਜ ਵਿਚਾਰ ਕਰ ਰਹੇ ਵੀ ਸਾਡੇ ਸਿੱਖ ਕਈ ਤਰ੍ਹਾਂ ਦੇ ਨੇ ਹਾਂਜੀ ਕੇ ਚਿਤ ਕੋਮਲ ਪਰ ਉਪਕਾਰੀ ਕਈ ਸਿੱਖ ਬੜੇ ਕੋਮਲ ਮਨ ਦੇ ਮਾਲਕ ਨੇ ਦਿਓ ਕਿਸੇ ਦਾ ਦੁੱਖ ਨਹੀਂ ਵੇਖ ਸਕਦੇ ਪਰਉਪਕਾਰ ਕਰਦੇ ਨੇ ਕੇ ਚਿਤ ਅਨਖੀ ਨਹਿ ਨਾ ਸਹਾਰੀ ਕਈ بڑے ਅਣਖੀ ਨੇ ਉਹ ਗੱਲ ਨਹੀਂ ਸਹਿਣ ਕਰਦੇ ਕਿਸੇ ਦੀ ਹੁੰਦੇ ਸਿੱਖੀ ਨੇ ਉਹ ਕਈ بڑے ਕੋਮਲ ਮਨ ਦੇ ਮਾਲਕ ਹੁੰਦੇ ਆ ਕਈ ਅਣਖੀ ਹੁੰਦੇ ਆ ਉਹ ਗੱਲ ਨਹੀਂ ਸਹਿੰਦੇ ਵੀ ਤੂੰ ਮੈਨੂੰ ਗੱਲ ਕਿਉਂ ਕੀਤੀ ਭਾਈ ਹਾਂਜੀ ਕੇ ਚਿਤ ਮੂਰਖ ਕੇ ਚਿਤ ਪੰਡਤ ਕਈ ਸਿੱਧੇ ਜੇ ਨੇ ਮੂਰਖ ਕਈ ਵਿਦਵਾਨ ਵੀ ਨੇ ਸਾਡੇ ਸਿੱਖ ਮਹਾਰਜ ਕਹਿੰਦੇ ਗੁਰਮੁਖ ਸਨਮੁਖ ਪਰਮਤਖੰਡਤ ਕਈ ਗੁਰਮੁਖ ਨੇ ਕਈ ਸਨਮੁਖ ਨੇ ਕਈ ਮਨਮੁਖ ਨੇ ਹਾਂਜੀ ਸ਼ਰਧਾ ਡਿੜ ਅਨ ਦ੍ਰਿੜ ਉਰ ਧਾਰੀ ਕਈ ਬੜੀ ਪੱਕੀ ਸ਼ਰਧਾ ਵਾਲੇ ਆ ਕਈ ਜਿਹੜੇ ਆ ਉਹ ਘੱਟ ਸ਼ਰਧਾ ਵਾਲੇ ਆ ਕਈ ਉਹ ਨੇ ਜਿਹੜੇ ਸਾਨੂੰ ਤਰਕ ਨਾਲ ਵੇਖਦੇ ਆ ਉਹਨਾਂ 'ਚ ਸ਼ਰਧਾ ਹੈ ਹੀ ਨਹੀਂ ਵੱਖ-ਵੱਖ ਸਿੱਖ ਨੇ ਜਿਵੇਂ ਅੱਗੇ ਵੀ ਮੈਂ ਦਾਸ ਨੇ ਸਾਖੀ ਸੁਣਾਈ ਸੀ ਆਪ ਜੀ ਨੂੰ ਮਹਾਰਾਜ ਸੱਤੇ ਪਾਤਸ਼ਾਹ ਜੀ ਕੋਲ ਅਨੰਦਪੁਰ ਸਾਹਿਬ ਇੱਕ ਸਿੱਖ ਆਇਆ ਜੀ ਉਹਨੂੰ ਇੱਕ ਸਿੱਖ ਨੇ ਤੇ ਦਮੜਾ ਹੀ ਦਿੱਤਾ ਜੀ ਇੱਕ ਨੇ 100 ਰੁਪਇਆ ਦਿੱਤਾ ਕਹਿੰਦਾ ਜਿਨੇ 100 ਦਿੱਤਾ ਨਾ ਮੱਥਾ ਟੇਕਨ ਨੂੰ ਉਹਦਾ ਨਾਮ ਲੈ ਕੇ ਕਹਿੰਦਾ ਮਹਾਰਾਜ ਉਹਰੇ ਤੇ ਬੜੀ ਕਿਰਪਾ ਜੇ ਮਹਾਰਾਜ ਕਹਿੰਦੇ ਕਿਰਪਾ ਨਹੀਂ ਹੈਗੀ ਉਹਦੇ ਉੱਤੇ ਕਿਰਪਾ ਨਹੀਂ ਹੈਗੀ ਕਹਿੰਦਾ ਮਹਾਰਾਜ ਉਹਨੇ ਤੇ 100 ਦਮੜਾ ਭੇਜਿਆ ਮਹਾਰਾਜ ਕਹਿੰਦੇ ਕਿਰਪਾ ਇੱਕ ਦਮੜੇ ਵਾਲੇ ਤੇ ਹੀ ਕਹਿੰਦਾ ਉਹ ਕਿਵੇਂ ਮਹਾਰਾਜ ਕਹਿੰਦੇ ਜਿਵੇਂ ਅਸੀਂ ਕਿੰਨੇ ਉਵੇਂ ਕਹਿ ਦੀ ਉਹ ਪਹਿਲਾਂ 100 ਵਾਲੇ ਕੋ ਗਿਆ ਜੀ 100 ਵਾਲੇ ਨੂੰ ਕਹਿਣ ਲੱਗਾ ਵਾ ਵਾ ਕਹਿੰਦਾ ਮੈਂ ਦਰਸ਼ਨ ਕਰਕੇ ਆਇਆ ਮਹਾਰਾਜ ਦੇ ਮੇਰੇ ਸਾਹਮਣੇ ਦੀ ਗੱਲ ਹੈ ਇੱਕ ਸਿੱਖ ਨੇ ਮਾਰ ਨੂੰ ਹਾਥੀ ਭੇਟਾ ਕੀਤਾ ਕਹਿੰਦਾ ਮਹਾਰਾਜ ਦੇ ਲਾਗੇ ਸੂਈ ਪਈ ਸੀ ਸੂਈ ਦੇ ਨੱਕੇ ਤੋਂ ਮਾਰ ਨੇ ਹਾਥੀ ਕੱਢਦਾ ਤੇ ਜਿੰਨੇ 100 ਰੁਪਏ ਦਿੱਤਾ ਕਹਿੰਦਾ ਕਰਤੀ ਨਾ ਕਮਲਿਆਂ ਵਾਲੀ ਗੱਲ ਇੰਜ ਵੀ ਹੁੰਦਾ ਕਹਿੰਦਾ ਹੈ ਕਹਿੰਦਾ ਸਾਰੇ ਇਹੋ ਜੀਆਂ ਗੱਲਾਂ ਕਰਦੇ ਰਹਿੰਦੇ ਕੋਈ ਚੱਜ ਦੀ ਗੱਲ ਕਰਿਆ ਕਰੋ ਜਿਹਦੇ ਤੇ ਲੋਕਾਂ ਨੂੰ ਭਰੋਸਾ ਵੀ ਹੋਵੇ ਸਿੱਖ ਦਾ ਮਨ ਟੁੱਟ ਗਿਆ ਵੀ ਇਹਨੇ ਤੇ ਮੇਰੀ ਬੇਇੱਜ਼ਤੀ ਕਰਤੀ ਤੇ ਮੈਂ ਤੇ ਮਹਾਰਾਜ ਦਾ ਬਚਨ ਸੁਣਾਇਆ ਸੀ ਉਹ ਅਗਲੇ ਕੋ ਗਿਆ ਉਹ ਗਰੀਬ ਸੀ ਗਾਜੀ ਉਹ ਕਹਿਣ ਲੱਗਾ ਵੀ ਹੋ ਆਇਆ ਮੇਰੇ ਸਤਿਗੁਰੂ ਜੀ ਦੇ ਦਰਬਾਰ ਤੋਂ ਕਹਿੰਦਾ ਹਾਂ ਅੱਛਾ ਫਿਰ ਉੱਥੇ ਕੀ ਵੇਖ ਕੇ ਆਇਆ ਕੀ ਦਰਸ਼ਨ ਕੀਤੇ ਉਹ ਕਹਿੰਦਾ ਦਰਸ਼ਨ ਕੀ ਕਰਨੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਇੱਕ ਸਿੱਖ ਨੇ ਹਾਥੀ ਭੇਟਾ ਕੀਤਾ ਮੈਂ ਹੈਰਾਨ ਹੋ ਗਿਆ ਸੂਈ ਦੇ ਨੱਕੇ 'ਚੋ ਗੁਰੂ ਨੇ ਹਾਥੀ ਘੱਟ ਦਿੱਤਾ ਆਖ ਵਾਹਿਗੁਰੂ ਵਾਹਿਗੁਰੂ ਆ ਵੇਖ ਕੇ ਆਇਆ ਹੀ ਮੈਂ ਤੇ ਸਾਧ ਸੰਗਤ ਉਹ ਕਹਿਣ ਲੱਗਾ ਇਹ ਦੇ ਵਿੱਚ ਕਿਹੜੀ ਵੱਡੀ ਗੱਲ ਐ ਤੂੰ ਇੱਕ ਹਾਥੀ ਦੀ ਗੱਲ ਕਰਦਾ ਗੁਰੂ ਗੋਬਿੰਦ ਸਿੰਘ ਇੰਨੇ ਵੱਡੇ ਨੇ ਉਹ ਇੱਕੋ ਸਮੇਂ ਇੱਕ ਖਿੰਨ 'ਚੋ ਸੂਈ ਦੇ ਨੱਕੇ ਤੋਂ ਕਈ 100 ਹੱਥੀ ਕੱਢਦੇ ਹਨ ਫਿਰ ਉਹਨੂੰ ਸਮਝ ਆਈ ਵੀ ਸ਼ਰਦਾ ਕਿਹਦੇ ਤੇ ਜਿਆਦੀ ਜਿਆਦੀ ਕਿਰਪਾ ਕਿਹਦੇ ਤੇ ਹੈ ਸ਼ਰਦਾ ਉਹਦੇ ਵਿੱਚ ਜਿਆਦੀ ਜਿਹੜਾ ਕਵੇ ਮੇਰਾ ਗੁਰੂ ਪੂਰਾ ਹੈ ਮਹਾਰਾਜ ਵਿਚਾਰ ਕਰਦੇ ਨੇ ਵੀ ਕਈ ਸਿੱਖ ਜਿਹੜੇ ਆ ਉਹ ਸ਼ਰਦਾ ਵਾਲੇ ਆ ਸ਼ਰਦਾ ਦਿਢ आनंद दृढ़ और तारी ਕਈਆਂ ਵਿੱਚ ਸ਼ਰਧਾ ਨਹੀਂ ਹੁੰਦੀ ਹੁੰਦੇ ਉਹ ਵੀ ਸਿੱਖ ਹੈ ਤਰਕਾਂ ਕਰਦੇ ਹੈ ਹਾਂਜੀ ਕੋ ਕઠੋਰ ਕੋ ਕਰਤ ਉਚਾਰੀ ਫਿਰ ਮਹਾਰਾਜ ਵਿਚਾਰ ਕਰਦੇ ਵੀ ਕਈ ਸਿੱਖ ਸਾਡੇ ਬੜੇ ਕਠੋਰ ਨੇ ਉਹ ਕਠੋਰ ਬਚਨ ਕਰਦੇ ਰਹਿੰਦੇ ਹਰ ਸਮੇਂ ਕਠੋਰ ਹੀ ਬਚਨ ਕਰਦੇ ਰਹਿੰਦੇ ਹੈ ਉਹ ਵੀ ਸਿੱਖ ਨੇ ਜੀ ਹਾਂ ਬਸੀਮ ਮਸੰਦਨ ਸੰਗਤ ਰਹੀ ਪਰ ਇਹ ਸਾਰੀ ਸੰਗਤ ਮਸੰਦਾਂ ਦੇ ਵਸ ਵਿੱਚ ਹੈ ਸਿੱਧੀ ਗੁਰੂ ਤੱਕ ਨਹੀਂ ਪਹੁੰਚੀ ਹਾਂਜੀ ਤਉ ਸਿੱਖੀ ਨਿਭਹਿ ਜਗ ਨਹੀਂ ਪਰ ਕਿੰਨਾ ਕੁ ਚਿਰ ਤੱਕ ਇੰਜ ਕੰਮ ਚੱਲੇਗਾ ਕਿੰਨਾ ਕੁ ਚਿਰ ਤੱਕ ਮਾਰਦ ਕਹਿੰਦੇ ਕੰਮ ਚੱਲੇਗਾ ਹਾਂਜੀ ਹਮ ਸਰੀਰ ਲਗ ਗੁਰੂ ਰਹੇ ਹੈ ਹਾਂਜੀ ਸੁੱਧ ਸੰਗਤ ਕੀ ਸਦਾ ਲਹੇ ਹੈ ਵਾਹਿਗੁਰੂ ਮਹਾਰਜ ਬਾਜਾਂ ਵਾਲੇ ਪਤਾ ਕੀ ਸੋਚ ਰਹੇ ਹੈ ਬਿਹ ਹੁਣ ਤੱਕ ਤਾਂ ਅਸੀਂ ਸਰੀਰ ਧਾਰੀ ਗੁਰੂ ਰਹੇ ਹਾਂ ਸੰਗਤ ਦੀ ਖਬਰ ਲੈਂਦੇ ਰਹੇ ਹਾਂ ਦਸ ਪਾਛਾਇਆ ਸਰੀਰ ਧਾਰੀ ਨੇ ਦੇ ਰੂਪ ਸਨ ਹਾਂਜੀ ਇਸਬਿੱਦ ਹਮਰੇ ਰਹੇ ਪੁਸ਼ਾਰੀ ਤੇ ਜੇ ਸਾਡੇ ਤੋਂ ਬਾਅਦ ਵੀ ਮਸੰਦ ਇੰਜ ਦੇ ਹੀ ਰਹੇ ਲੋਟੂ ਹੀ ਰਹੇ ਨਿਰਭੈ ਹੋਏ ਦੁਖ ਦੇ ਪੁੰਨ ਭਾਰੀ ਤੇ ਬਾਅਦ ਵਿੱਚ ਤੇ ਗੁਰੂ ਸ਼ਬਦ ਨੇ ਹੋਣਾ ਸਰੀਰ ਦੀ ਪ੍ਰਥਾ ਹੀ ਮੁੱਕ ਜਾਣੀ ਐ ਤੇ ਮਸੰਦ ਤੇ ਸੰਗਤ ਨੂੰ ਬਹੁਤ ਦੁਖੀ ਕਰਿਆ ਕਰਨਗੇ ਵੀ ਸਾਡੇ ਪੈਰ ਧੋ ਧੋ ਕੇ ਪੀਵੋ ਗੁਰਮੁਖੋ ਕਿੰਨੀ ਵੀ ਵੱਡੀ ਸੰਪਰਦਾ ਹੋਵੇ ਕਿੰਨਾ ਵੀ ਵੱਡਾ ਮਹਾਨ ਪੁਰਖ ਕਿਉਂ ਨਾ ਹੋਵੇ ਜੇ ਉਹ ਆਪਣੇ ਪੈਰ ਧਵਾ ਕੇ ਗੁਰੂ ਕੀ ਸੰਗਤ ਨੂੰ ਪਿਆਰਿਆ ਸਾ ਸੰਗਤ ਤੋਂ ਮਹਾ ਦੋਸ਼ੀ ਹੈ ਕਿਉਂਕਿ ਇਹ ਹੱਕ ਕੇਵਲ ਗੁਰੂ ਦਾ ਹੈ ਕਿਸੇ ਹੋਰ ਦਾ ਨਹੀਂ ਹਾਂਜੀ ਇਨ ਤੇ ਸੰਗਤ ਸਰਬ ਸ਼ੁਰਾਵੇ ਮਹਾਰਾ ਜੀ ਨੇ ਹੁਣ ਇਹਨਾਂ ਦੇ ਚੰਗੁਲ ਵਿੱਚੋਂ ਸੰਗਤ ਛਡਾਉਣੀ ਆਪਣੀ ਅਸੀਂ ਹਾਂ ਜੇ ਸਿੱਖਕਾਰ ਆਪ ਹੀ ਆਵੇ ਸਿੱਖ ਆਪੇ ਆ ਕੇ ਮਾਇਆ ਭੇਟਾ ਕਰਨ ਸਾਨੂੰ ਇਹ ਕਿਉਂ ਵਿਚਾ ਹੁਣ ਵਿਚੋਲੇ ਕਿਉਂ ਬਣਨਾ ਇਮ ਚਿਤਵਤ ਬੀਤਿਓ ਚਿਰ ਕਾਲਾ ਮਹਾਰਾਜ ਇਸ ਤਰ੍ਹਾਂ ਸੋਚਦੇ ਰਹਿੰਦੇ ਆ ਆਪਣੇ ਮਨ ਵਿੱਚ ਵੀ ਮਸੰਦ ਪ੍ਰਥਾ ਖਤਮ ਕਰ ਦੇਣੀ ਹੈ ਸਦਾ ਸੰਗਤਾਂ ਆਏ ਵਿਸਾਲਾ ਸਿੱਧੀਆਂ ਸੰਗਤਾਂ ਸਾਡੇ ਕੋਲ ਆਉਣ ਸਾਡੇ ਨਾਲ ਗੱਲ ਕਰਨ ਮਸੰਦ ਬਹੁਤ ਸਾਰੇ ਨਾ ਸੰਗਤ ਨੂੰ ਸਤਿਗੁਰੂ ਜੀ ਦੇ ਨਾਲ ਮਿਲਣ ਹੀ ਨਹੀਂ ਸੀ ਦਿੰਦੇ ਹੁੰਦੇ ਜੀ ਨਹੀਂ ਨਹੀਂ ਤੁਸੀਂ ਨਹੀਂ ਲੱਗੇ ਜਾਣਾ ਹਾਂਜੀ ਬੱਡੀ ਮਾਤ ਅਰ ਗੁਜਰੀ ਪਾਸ ਚੇਤੋ ਆਦਿਕ ਕਹੈਂ ਅਰਦਾਸ ਉਧਰ ਹੁਣ ਚੇਤੋ ਮਸੰਦ ਨੇ ਮਾਤਾ ਗੁਜਰੀ ਜੀ ਨੂੰ ਚੁਗਲੀਆਂ ਲਾਉਣੀਆਂ ਸ਼ੁਰੂ ਕਰਤੀਆਂ ਵੀ ਮਾਤਾ ਜੀ ਵੇਖ ਲੋ ਮਹਾਰਾਜ ਸਾਨੂੰ ਅਣ ਦਵਕਾ ਮਾਰਦੇ ਜੀ ਵੀ ਦੱਸੋ ਕੰਮ ਤੁਹਾਡੇ ਦਵਕਿਆਂ ਵਾਲੇ ਤੇ ਮਹਾਰਾਜ ਕੀ ਕਰਨ ਦੀ ਹਾਂਜੀ ਗੁਰ ਕੀ ਬੈਸ ਬਾਲ ਬੁੱਧ ਅਹੈ ਬਸ ਉਹਨਾਂ ਵਿੱਚ ਹਉਮੈ ਇੰਨੀ ਜ਼ਿਆਦਾ ਸੀ ਉਹ ਕਹਿੰਦੇ ਸੀ ਮਾਤਾ ਜੀ ਗੁਰੂ ਜੀ ਦੀ ਉਮਰ ਛੋਟੀ ਬੱਚਿਆਂ ਵਾਲੀ ਹੈ ਤੇ ਅਸੀਂ ਵੱਡੇ ਆ ਹੰਨੇ ਠੁਰ ਮਸੰਦਨ ਕੋ ਬੱਚ ਕਹੈ ਇਸ ਕਰਕੇ ਮਹਾਰਾਜ ਕਠੋਰ ਬਚਨ ਬੋਲਦੇ ਆ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਮਾਤਾ ਜੀ ਅਸੀਂ ਵੱਡੇ ਆ ਵੇਖ ਲਓ ਜੇ ਗੁਰੂ ਗੋਬਿੰਦ ਸਿੰਘ ਜੀ ਨਾਲ ਕੋਈ ਇਸ ਤਰ੍ਹਾਂ ਕਰ ਸਕਦਾ ਤੇ ਆਮ ਬੰਦੇ ਉੱਤੇ ਕੋਈ ਕੀ ਕਰੇਗਾ ਜੀ ਜਿਨ ਅਧੀਨ ਹੈ ਸੰਗਤ ਸਾਰੀ ਬਿਗਰਮਸੰਧ ਸੋ ਦੇਹੇ ਬਿਗਾਰੀ ਮਹਾਰਾਜ ਮਸੰਦਾਂ ਨੂੰ ਤਾੜਨਾ ਕਰਦੇ ਮਸੰਦਾਂ ਦੀ ਤੇ ਮਾਤਾ ਜੀ ਜੇ ਮਸੰਦ ਵਿਗੜ ਗਏ ਤੇ ਸਿਸਟਮ ਵਿਗੜ ਜਾਏਗਾ ਸਾਰਾ ਸਾਰਾ ਕੰਮ ਵਿਗੜ ਜਾਏਗਾ ਮਾਇਆ ਕਿੱਥੋਂ ਆਏਗੀ ਹਾਂਜੀ ਜਾਂ ਤੇ ਤੁਮ ਸੁਤ ਕੋ ਸਮਝਾਵੋ ਮਾਤਾ ਜੀ ਆਪਣੇ ਪੁੱਤਰ ਨੂੰ ਸਮਝਾਓ ਹਾਂ ਜਹੂ ਦਸ਼ਨ ਮਹਿ ਨਹਿ ਬਿਗਰਾਬ ਹੋ ਉਹਨਾਂ ਨੂੰ ਕੋ ਐਵੇਂ ਚਾਰੇ ਪਾਸੇ ਕੰਮ ਵਿਗੜ ਨਾ ਜਾਵੇ ਮਸੰਦ ਵਿਗੜ ਗਏ ਤੇ ਸੰਗਤ ਵਿਗੜ ਜਾਏਗੀ ਹਾਂਜੀ ਕਰਬੋ ਗੁਰੂ ਮਸੰਦਨ ਹਾਥ ਵਾਹਿਗੁਰੂ ਪਤਾ ਕੀ ਕਹਿੰਦੇ ਕਹਿੰਦੇ ਮਸੰਦਾਂ ਦੇ ਹੱਥ ਵਿੱਚ ਐ ਗੁਰੂ ਨੂੰ ਬਣਾਉਣਾ ਮਸੰਦ ਇਕੱਠੇ ਹੋ ਕੇ ਕਹਿ ਦੇਣ ਇਹ ਗੁਰੂ ਐ ਤੇ ਲੋਕਾਂ ਉਧਰ ਤੁਰ ਪੈਣਾ ਐ ਇੰਨਾ ਹੌਸਲਾ ਵਧਿਆ ਸੀਗਾ ਜੀ ਹਾਂਜੀ ਨਾਥ ਬਣਾਏ ਨਿਵਾ ਮਹਿਮਾਥ ਜਿਹਨੂੰ ਮਰਦੀ ਮਸੰਦ ਗੁਰੂ ਕਹਿ ਦੇਣ ਸਾਰੀ ਦੁਨੀਆ ਉਧਰ ਧੋਰ ਦੇਣਗੇ ਕਹਿੰਦੇ ਹਾਂਜੀ ਸੋਈ ਗੁਰੂ ਪੂਜੈ ਤਿਸ ਆਏ ਉਹਨੂੰ ਹੀ ਲੋਕਾਂ ਨੇ ਪੂਜਣਾ ਜਿਹਨੂੰ ਅਸੀਂ ਕਵਾਂਗੇ ਗੁਰੂ ਹੈ ਹਾਂਜੀ ਗਨ ਮਸੰਦ ਜਿਹਹ ਸੀਸ ਨਿਵਾਏ ਤੇ ਸਾਰੇ ਮਸੰਦ ਵੀ ਉਹਨੂੰ ਮੱਥਾ ਟੇਕਣਗੇ ਜਿਹਨੂੰ ਮੈਂ ਕਵਾਂਗਾ ਮੈਂ ਮਸੰਦਾਂ ਦਾ ਮੁਖੀ ਹਾਂ ਇੱਕ ਵਾਰੀ ਇਹ ਗੱਲ ਪਹਿਲਾਂ ਵੀ ਚੱਲੀ ਸੀ ਉਦੋਂ ਧੀਰਮਲ ਸੀਗਾ ਗੱਦੀ ਦੇ ਉੱਤੇ ਸਾਲਸਾਂਗੇ ਆਪੇ ਆਪਣੀ ਬਣਾਈ ਗੱਦੀ ਤੇ ਗੁਰੂ ਦੀ ਗੱਦੀ ਤੇ ਨਹੀਂ ਜੀ ਧੀਰਮਲ ਕੋ ਵੀ ਲੋਕ ਜਾਂਦੇ ਸੀ ਤੇ ਲੋਕ ਗੁਰੂ ਤੇ ਇੱਕ ਭਾਦਰ ਸਾਹਿਬ ਜੀ ਕੋ ਵੀ ਜਾਂਦੇ ਸੀ ਤੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਸੱਚਾ ਗੁਰੂ ਕੌਣ ਹੈ ਪੂਰਾ ਗੁਰੂ ਕੌਣ ਹੈ ਤੇ ਸੰਗਤ ਨੇ ਤਰਕੀਬ ਲੱਭੀ ਜੀ ਕਿ ਗੁਰਮੁਖਾਂ ਨੇ ਰਲ ਕੇ ਵਿਚਾਰ ਕੀਤੀ ਵੀ ਪਤਾ ਕਿਵੇਂ ਲੱਗੇ ਵੀ ਇਹ ਪੂਰਾ ਗੁਰੂ ਹੈ। ਉਹ ਧੀਰਮਲ ਕੋਲ ਵੀ ਗਏ ਤੇ ਗੁਰੂ ਤੇਗ ਬਾਦ ਦੱਸਾਬ ਕਹੇ ਗਏ। ਧੀਰਮਲ ਨੇ ਵੀ ਦਸਤਾਰ ਦੇ ਦਿੱਤੀ। ਤੇ ਗੁਰੂ ਤੇਗ ਬਾਦ ਦਸਾਬ ਨੇ ਵੀ ਦਸਤਾਰ ਦੇ ਦਿੱਤੀ। ਇਹ ਸ਼ਾਇਦ ਕਾਬਲ ਦੀ ਸੰਗਤ ਦੀ ਗੱਲ ਹੈ। ਉਹਨਾਂ ਨੇ ਫਿਰ ਸਾਰੀ ਸੰਗਤ ਇਕੱਠੀ ਕਰਕੇ ਦੋਵੇਂ ਪੱਗਾਂ ਰੱਖ ਕੇ ਬਰਾਬਰ ਸੀ ਪੱਗਾਂ ਦਾ ਵੇਟ ਬਰਾਬਰ ਹੀ ਸੀ ਦੋਵੇਂ ਪੱਗਾਂ ਰੱਖ ਕੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ 'ਚ ਅਰਦਾਸ ਕੀਤੀ ਜਿਹੜੀ ਤੇ ਸੱਚੇ ਗੁਰੂ ਨੇ ਪੱਗ ਦਿੱਤੀ ਉਹ ਪੱਗ ਭਾਰੀ ਹੋ ਜਾਵੇ ਤਕੜੀ ਰੱਖੀ ਦੀ ਦੋਵਾਂ ਵਿੱਚ ਇੱਕ ਇੱਕ ਪੱਗ ਰੱਖ ਦਿੱਤੀ ਦੋਵੇਂ ਪੱਲੜੀਆਂ 'ਚ ਤੇ ਗੁਰੂ ਤੇਗ ਬਹਾਦਰ ਸਾਹਿਬ ਵਾਲੀ ਪੱਗ ਜਿਹੜੀ ਸੀ ਨਾ ਜੀ ਉਹ ਭਾਰੀ ਹੋ ਗਈ ਤਾਂ ਉਹਦਾ ਪਾਸਾ ਨੀਵਾ ਹੋ ਗਿਆ ਲੋਕਾਂ ਨੇ ਸੰਗਤ ਨੇ ਆਪੇ ਨਿਰਣਾ ਕਰ ਲਿਆ ਵੀ ਸੱਚਾ ਗੁਰੂ ਕੌਣ ਹੈ ਇਸ ਕਰਕੇ ਮਸੰਦ ਐਦਾਂ ਹੀ ਬੋਲਦੇ ਹੁੰਦੇ ਸੀ ਹਉਮੇ ਵਾਲੀਆਂ ਗੱਲਾਂ ਕਰਦੇ ਹੁੰਦੇ ਸੀ ਕਿ ਹਾਂਜੀ ਪੂਰਬ ਗੁਰ ਨਹਿ ਕਿਨਹੋ ਬਿਗਾਰੇ ਰਹੇ ਮਸੰਦਨ ਕੇ ਅਨੁਸਾਰੇ ਕਹਿਣ ਲੱਗੇ ਮਾਤਾ ਜੀ ਪਹਿਲੇ ਗੁਰੂਆਂ ਨੇ ਮਸੰਦਾਂ ਨੂੰ ਦਬਕਾ ਨਹੀਂ ਮਾਰਿਆ ਤੁਹਾਡੇ ਪੁੱਤਰ ਦੀ ਮਾਰ ਰਹੇ ਨੇ ਹਾਂ ਜਿਸ ਕੋ ਚਾਹਤ ਰਹੇ ਪੂਜਾਵਤ ਸਾਡੀ ਇੱਛਾ ਹੈ ਅਸੀਂ ਜਿੰਨੂੰ ਚਾਹੀਏ ਉਹਦੀ ਪੂਜਾ ਕਰਾ ਦਈਏ ਸਭ ਗੁਰਵੰਸ ਗੁਰੂ ਕਹਿਲਾਵਤ ਚੇਤਾ ਰੱਖਿਓ ਮਾਤਾ ਜੀ ਗੁਰੂ ਵੰਸ਼ ਵਿੱਚ ਜਿੰਨਿਆਂ ਦਾ ਜਨਮ ਹੋਇਆ ਆਪਾਂ ਕਿਸੇ ਨੂੰ ਵੀ ਗੁਰੂ ਬਣਾ ਸਕਦੇ ਆ ਵੇਖੋ ਐਡੇ ਮੂਰਖ ਹੋ ਗਏ ਦੀ ਉਹਨਾਂ ਨੂੰ ਜੋਤ ਦੀ ਖੇਡ ਦਾ ਪਤਾ ਹੀ ਨਹੀਂ ਵੀ ਗੁਰੂ ਜੋਤ ਹੈ ਇਨਾਂ ਦੀ ਕੀ ਮਜਾਲ ਵੀ ਗੁਰੂ ਨਾਨਕ ਦੀ ਜੋਤ ਕੇ ਜਿਹੜੇ ਮਰਜੀ ਸ਼ਰੀਰ ਚ ਰੱਖ ਦੇਣਗੇ ਦੀਗੇ ਹਾਂਜੀ ਇਹ ਰੁਖ ਫਿਰੇ ਰਹਿਤ ਨਹਿ ਮੇਲਹਿ ਜੇ ਤੇ ਮਹਾਰਾਜ ਦਾ ਇਹੋ ਰੁਖ ਰਿਆ ਤੇ ਸਾਡਾ ਮੇਲ ਨਹੀਂ ਰਹੇਗਾ ਮਹਾਰਾਜ ਨਾਲ ਦੇਨ ਲੈਨ ਹਿਤ ਨਹਿਨ ਸਕੇਲ ਹੈ ਕੋਈ ਸਰੋਪਾ ਨਹੀਂ ਦੇਵੇਗਾ ਕੋਈ ਲਏਗਾ ਨਹੀਂ ਕੋਈ ਲੈਣ ਦੇਣ ਨਹੀਂ ਹੋਏਗਾ ਕਿੰਮ ਨਿਰਵਾ ਹੋਏਗੋ ਐਸੇ ਮਹਾਰਾਜ ਨੇ ਸਰੋਪਾ ਨਹੀਂ ਦਿੱਤਾ ਐਦਕੀ ਕਿਵੇਂ ਨਿਰਵਾਹ ਹੋਏਗਾ ਰਹੇ ਮਸੰਦਨ ਸੋਬ ਜੈਸੇ ਮਹਾਰਾਜ ਕਹਿੰਦੇ ਸੀ ਸਰੋਪਾ ਤਾਂ ਦਵਾਂਗੇ ਸਰੋਪਾ ਉਸ ਮਸੰਦ ਨੂੰ ਦਵਾਂਗੇ ਜਿਹੜਾ ਪੂਰੀ ਮਾਇਆ ਪੇਟਾ ਕਰੇਗਾ ਜਿਹੜਾ ਪੂਰੀ ਮਾਇਆ ਦੇਗਾ ਉਸ ਸਰੋਪਾ ਲਏਗਾ ਤੇ ਕਿਸੇ ਨੂੰ ਵੀ ਨਹੀਂ ਦਿੱਤਾ ਮਹਾਰਾਜ ਨੇ ਸਰੋਪਾ ਹਾਂ ਜੀ ਸੋਨ ਮਾਤਾ ਤਿੰਨ ਕੋ ਲਖ ਸਾਚੇ ਮਾਤਾ ਜੀ ਹਣ ਭੋਲੇ ਮਾਤਾ ਗੁਜਰੀ ਜੀ ਉਹ ਕਹਿਣ ਲੱਗੇ ਵੀ ਖੌਰੇ ਸੱਚੀ ਮੁੱਚੀ ਮਹਾਰਾਜ ਕਿਤੇ ਜਾਣ ਕੇ ਨ ਮਸੰਦਾ ਨੂੰ ਗੁੱਸੇ ਕਰ ਲੈਣਾ ਪੁੱਤਰ ਨਿਕਟ ਹੋਏ ਗਿਰਾ ਉਵਾਚੇ ਉਹ ਮਾਤਾ ਜੀ ਉਹਨਾਂ ਦੇ ਆਖੇ ਆਖੇ ਮਹਾਰਾਜ ਨੂੰ ਕਹਿਣ ਲੱਗ ਪਏ ਸੱਚੇ ਪਾਤਸ਼ਾਹ ਨੂੰ ਜਾ ਕੇ ਚਾਹੁੰ ਦਿਸ਼ਮਹਿ ਸਿੱਖ ਸੇਵਕ ਬ੍ਰਿੰਦ ਕੋਸਮੀਪ ਕੋ ਦਰੂ ਬਿਲੰਦ ਉਹ ਮਾਤਾ ਜੀ ਕਹਿਣ ਲੱਗੇ ਲਾਲ ਜੀ ਮਸੰਦਾ ਨੂੰ ਕੁਛ ਨਾ ਕਹੋ ਮਸੰਦ ਵਿਗੜ ਗਏ ਤੇ ਔਖਾ ਹੋਏਗਾ ਕੰਮ ਹਾਂਜੀ ਸ਼੍ਰੀ ਗੁਰ ਭੰਨੀਓ ਸੰਗਤਾਂ ਮੇਰੀ ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ ਮਹਾਰਾਜ ਬਾਜਾਂ ਵਾਲੇ ਸਤਿਗੁਰੂ ਮਾਤਾ ਜੀ ਨੂੰ ਕਹਿੰਦੇ ਮਾਤਾ ਜੀ ਇਹ ਕੋਈ ਖੇਡ ਨਹੀਂ ਹੈਗੀ ਇਹ ਸਾਰੀਆਂ ਸੰਗਤਾਂ ਸਾਡੀਆਂ ਨੇ ਮਾਨਵਤ ਕਿਹਾ ਜਾਂਦਾ ਨਾ ਜੀ ਸ਼੍ਰੀ ਗੁਰ ਭੰਨੀਓ ਸੰਗਤਾਂ ਮੇਰੀ ਮੇਰੀ ਸੰਗਤ ਹੈ ਮਹਾਰਾਜ ਕਹਿੰਦੇ ਸਾਰੀ ਹਾਂਜੀ ਕੀ ਨਮਸੰਦਨ ਦੁਖੀ ਕਨੇਰੀ ਇਹਨਾਂ ਮਸੰਦਾ ਨੇ ਸੰਗਤਾਂ ਨੂੰ ਦੁਖੀ ਬੜਾ ਕੀਤਾ ਕਹਿਣ ਲੱਗੇ ਹਾਂਜੀ ਇਹ ਗਤ ਮੋਤੇ ਸਹਿਓ ਨਾ ਜਾਏ ਇਹ ਅਸੀਂ ਸਹਿ ਨਹੀਂ ਸਕਦੇ ਵੀ ਸਾਡੀ ਸੰਗਤ ਨੂੰ ਕੋਈ ਦੁਖੀ ਕਰੇ ਮਹਾਰਾਜ ਸੰਗਤ ਦਾ ਬਹੁਤ ਸਤਿਕਾਰ ਕਰਦੇ ਨੇ ਹਾਂਜੀ ਨਿਸਬਸੁਰ ਸਿੱਖ ਗੁਰੂ ਧਿਆਏ ਇਹ ਸਿੱਖ ਦਿਨ ਰਾਤ ਗੁਰੂ 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 ਜਪਦੇ ਐ ਇਹਨਾਂ ਨੂੰ ਕਿਉਂ ਇਹ ਮਸੰਦ ਤੰਗ ਕਰਨਾ ਇਸ ਪ੍ਰਕਾਰ ਮਾਤਾ ਬਹਬਾਰੀ ਉਹ ਮਾਤਾ ਜੀ ਨੇ ਫਿਰ ਵੀ ਕਿਹਾ ਮਹਾਰਾਜ ਮਸੰਦਾਂ ਨੂੰ ਨਾ ਕੁਝ ਕਹੋ ਮਹਾਰਾ ਜੀ ਕਹਿੰਦੇ ਮਾਤਾ ਜੀ ਇਹ ਤੁਹਾਡਾ ਕੰਮ ਨਹੀਂ ਹੈਗਾ ਹਾਂਜੀ ਹੇਤ ਮਸੰਦਨ ਕਰਹਿ ਉਚਾਰੀ ਕੀਤਿਕ ਸਮਾਂ ਬਿਤਾਵਨ ਕੀਨਾ ਆਵੈ ਸੰਗਤ ਨੀ ਨਵੀਨਾ ਨਿਤ ਨਵੀਂ ਸੰਗਤ ਆ ਰਹੀ ਤੇ ਇੱਕ ਦਿਨ ਮਾਤਾ ਜੀ ਨੇ ਫਿਰ ਕਿਹਾ ਤੇ ਸਤਿਗੁਰੂ ਜੀ ਕਹਿੰਦੇ ਮਾਤਾ ਜੀ ਤੁਹਾਨੂੰ ਚੇਤੋ ਕਹਿ ਕੇ ਗਿਆ ਨਾ ਚੇਤੋ ਮਸੰਦ ਕਹਿ ਕੇ ਗਿਆ ਮਾਤਾ ਜੀ ਕਹਿੰਦੇ ਹਾਂਜੀ ਲਾਲ ਜੀ ਕਹਿੰਦੇ ਫਿਰ ਕੋਈ ਨਹੀਂ ਚੇਤੋ ਮਸੰਦ ਦੀ ਚੋਰੀ ਤੁਹਾਨੂੰ ਤੁਹਾਡੀਆਂ ਅੱਖਾਂ ਨਾਲ ਵਿਖਾ ਦਿੰਨੇ ਆ ਫਿਰ ਮਾਰਾ ਨੇ ਰੱਪੜਦਾ ਚੁੱਕਣਾ ਚੇਤੋ ਦਾ ਜੀ ਉਹ ਕੱਲ ਨੂੰ ਆਪਾਂ ਸਰਵਣ ਕਰਾਂਗੇ ਓੰਜ ਗੁਰੂ ਜੀ ਪਰਦੇ ਕੱਜਦੇ ਐ ਪਰ ਜੇ ਕੋਈ ਬਹੁਤਾ ਹੀ ਬਣ ਜਾਵੇ ਤੇ ਫਿਰ ਗੁਰੂ ਜੀ ਪਰਦਾ ਚੁੱਕ ਵੀ ਦਿੰਦੇ ਨੇ ਆਪਾ ਮਹਾਰਾਜ ਸੱਚੇ ਪਾਤਸ਼ਾਹ ਕੇ ਅਰਦਾਸ ਕਰਨੀ ਸੱਚੇ ਪਾਤਸ਼ਾਹ ਹੀ ਮਾੜੇ ਹੀ ਆਂ ਸਦਾ ਤੇ ਤੁਸੀਂ ਸਾਡੇ ਗਰੀਬਾਂ ਦੀ ਸਾਡੀ ਇੱਜ਼ਤ ਰੱਖਿਓ ਪੱਤ ਰੱਖਿਓ ਮਿਹਰ ਕਰਿਓ ਸੋ ਮਹਾਰਾਜ ਕਿਰਪਾ ਕਰਨ ਆਓ 2 ਮਿੰਟ ਪ੍ਰੇਮ ਨਾਲ ਸਾਰੇ ਕਹੋ ਵਾਹੇ ਗੁਰੂ ਵਾਹੇ ਗੁਰੂ ਤੋ ਕਹਿਣਾ ਕੰਨਾਂ ਤੋਂ ਸੁਣਨਾ ਧਿਆਨ ਵਿੱਚ ਰੱਖਣਾ ਵਾ ਸੱਚੇ ਪਾਤਸ਼ਾਹ ਮਿਹਰ ਕਰਨ ਸਾਰਿਆਂ ਦੇ ਉੱਤੇ ਦਇਆ ਕਰਨ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਗੁਰਪੁਰਬ ਹਰ ਸਾਲ ਆਪਾਂ ਇਸ ਸਥਾਨ ਤੇ ਬੜੇ ਹੀ ਪਿਆਰ ਦੇ ਨਾਲ ਮਨਾਉਂਦੇ ਆ ਤੇ ਪਿਛਲੇ 3 ਸਾਲਾਂ ਤੋਂ ਹਰ ਗੁਰਪੁਰਬ ਦੇ ਉੱਤੇ ਫੁੱਲਾਂ ਦੀ ਡੈਕੋਰੇਸ਼ਨ ਜਿੰਨੀ ਵੀ ਲਾਈਟਿੰਗ ਹੁੰਦੀ ਹੈ ਤੇ ਬਾਹਰ ਸੜਕ ਵਿੱਚ ਜਾਲ ਬਲਬ ਸਾਰੇ ਡੈਕੋਰੇਸ਼ਨ ਦੀ ਜਿਹੜੀ ਸੇਵਾ ਹੈ ਉਹ ਸਾਡੇ ਸਤਕਾਰਯੋਗ ਭਾਈ ਜੋਗਿੰਦਰ ਸਿੰਘ ਜੀ ਚੋਪੜਾ ਜੀ ਚੇਅਰਮੈਨ ਦੀ ਸਾਡੇ ਉਹਨਾਂ ਦੇ ਪੁੱਤਰ ਭਾਈ ਉਪਕਾਰ ਸਿੰਘ ਜੀ ਵੱਲੋਂ ਕੀਤੀ ਜਾਂਦੀ ਜੀ ਹਰ ਸਾਲ ਗੁਰੂ ਨਾਨਕ ਸਾਹਿਬ ਜੀ ਦੇ ਗੁਰਪੁਰਬ ਤੇ ਗੁਰਦੁਆਰੇ ਨੂੰ ਸਜਾਉਣ ਤੇ ਜਿੰਨੀ ਮਾਇਆ ਲੱਗਦੀ ਹੈ ਉਹ ਇਹਨਾਂ ਵੱਲੋਂ ਸੇਵਾ ਕੀਤੀ ਜਾਂਦੀ ਹੈ ਤੇ ਸੰਗਤਾਂ ਦਰਸ਼ਨ ਕਰਦੇ ਆ ਹੀ ਨੇ ਜੀ ਬਹੁਤ ਵਧੀਆ ਡੈਕੋਰੇਸ਼ਨ ਹੁੰਦੀ ਹੈ ਦੂਰੋਂ ਦੂਰੋਂ ਲੋਕ ਫਿਰ ਵੇਖਣ ਵਾਸਤੇ ਵੀ ਆਉਂਦੇ ਆ ਵੀ ਚੱਲ ਜੇ ਉੱਥੇ ਤੇ ਬੜੀ ਰੌਣਕ ਲੱਗਦੀ ਹੈ ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਹੈ ਇਹਨਾਂ ਨੂੰ ਇਹ ਸੇਵਾ ਬਖਸ਼ਿਸ਼ ਕੀਤੀ ਹੈ ਜੋ ਆਖੀਏ ਬਸ ਇਹ ਸੱਤ ਬਚਨ ਹੀ ਕਰਦੇ ਜੀ ਵੀ ਗੁਰੂ ਘਰ ਵਿੱਚ ਇਸ ਵਸਤੂ ਦੀ ਲੋੜ ਹੈ ਉਸੇ ਵੇਲੇ ਇਹਨਾਂ ਨੇ ਸੱਤ ਬਚਨ ਕਰਨਾ ਜੀ ਕਿਉਂਕਿ ਇਹ ਸੰਗਤ ਦੇ ਕਾਰਜ ਨੇ ਸਾਰੇ ਦੇ ਤੇ ਸੰਗਤਾਂ ਨੇ ਕਰਨੇ ਹੁਣ ਵੀ ਪਿੱਛੇ ਦੇ ਭਾਈ ਸਾਹਿਬ ਜੀ ਵੱਲੋਂ ਭਾਈ ਜੋਗਿੰਦਰ ਸਿੰਘ ਜੀ ਵੱਲੋਂ ਆਪਣੇ ਘਰਦਿਆਂ ਦੀ ਬੀਬੀ ਸੁਖਿੰਦਰ ਕੌਰ ਜੀ ਦੀ ਯਾਦ ਵਿੱਚ ਆ ਦਰਵਾਜ਼ੇ ਦੀ ਸੇਵਾ ਕਰਾਈ ਜੀ ਤੇ ਵੇਖੋ ਮਾਇਆ ਤੇ ਲੱਗਦੀ ਦੀ ਹਰ ਕੰਮ ਲਈ ਦੀ ਆਜਾ ਕੁੰਡੇ ਜਿਹੀ ਲਿਆਉਣ ਵਿੱਚ 30000 ਰੁਪਇਆ ਲਾਤਾ ਜੀ ਹਾਂਜੀ ਤੇ ਮਹਾਰਾਜ ਨੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਜੀ ਇਹਨਾਂ ਦੇ ਪੁੱਤਰ ਦੀ ਭਾਈ ਉਪਕਾਰ ਸਿੰਘ ਦੀ सोनू ਜੀ ਇੰਗਲੈਂਡ ਵਿੱਚ ਰਹਿੰਦੇ ਐ ਤੇ ਇੰਗਲੈਂਡ ਨੂੰ ਤੇ ਮੈਂ ਸਮਝਦਾ ਵੀ ਸਾਡਾ ਹੀ ਦੇਸ਼ ਹੈ ਜੀ ਇੰਗਲੈਂਡ ਕਿਉਂ ਤੋਂ ਕਥਾ ਚਲਦੀ ਜੀ ਹਾਂਜੀ ਤੇ ਮਹਾਰਾਜ ਨੇ ਕਿਰਪਾ ਕੀਤੀ ਐ ਆਏ ਨੇ ਜੀ ਆਇਆਂ ਨੂੰ ਇਹਨਾਂ ਨੂੰ ਸਵੇਰੇ ਇਹਨਾਂ ਦੀ ਫਲਾਈਟ ਹੈ ਇਹਨਾਂ ਨੇ ਜਾਣਾ ਤੇ ਹੁਣ ਗੁਰੂ ਘਰ ਵੱਲੋਂ ਜੋ ਹਰ ਸਾਲ ਇਹ ਸੇਵਾ ਕਰਦੇ ਆ ਉਹਦਾ ਸਰੂਪਾ ਦਿੱਤਾ ਜਾਏਗਾ ਸੋ ਬੇਨਤੀ ਹੈ ਗੁਰੂ ਘਰ ਵੱਲੋਂ ਇਹਨਾਂ ਨੂੰ ਸਰੂਪਾ ਦਿੱਤਾ ਜਾਏਗਾ ਬਹੁਤ ਬਹੁਤ ਧੰਨਵਾਦ ਜੀ ਆਆਂ ਨੂੰ ਸੱਚੇ ਪਾਤਸ਼ਾਹ ਕਿਰਤ ਕਮਾਈਆਂ ਚ ਵਾਧੇ ਪਾਉਣ ਜੀ ਇਹਨਾਂ ਦੇ ਸਿਰ ਤੇ ਮਿਹਰਾ ਭਰਿਆ ਹੱਥ ਰੱਖਣ ਜਿਹੜਾ ਗੁਰੂ ਘਰ ਸਜਾਵੇ ਉਹਦਾ ਘਰ ਰੱਬ ਸਜਾ ਦਿੰਦਾ ਜੀ ਉਹਦਾ ਘਰ ਪਰਮੇਸ਼ਰ ਸਜਾ ਦਿੰਦਾ ਜਿਹੜਾ ਗੁਰੂ ਘਰ ਨੇਰਾ ਕਰੇ ਉਹਦੇ ਘਰ ਰੱਬ ਨੇਰਾ ਕਰ ਦਿੰਦਾ ਜੀ ਜਿਹੜਾ ਗੁਰੂ ਘਰ ਚਾਨਣ ਕਰੇ ਉਹਦੇ ਘਰ ਰੱਬ ਚਾਨਣ ਕਰ ਦਿੰਦਾ ਜੀ ਮਹਾਰਾਜ ਮੇਰ ਕਰੇ ਪੁੱਲਾਂ ਦੀ ਮਾਫੀ ਦੀ ਗੱਜ ਕੇ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਤੀਆ ਪਾ